ਆਖਿਰ ਕਬੱਡੀ ਦਾ ਧੰਨਵਾਦ ਕਰਦੇ ਹਾਂ। ਵਾਓ ਇੱਧਰ ਗੁਰਪ੍ਰੀਤ ਸਿੰਘ ਦਰਬਾ ਅਕੈਡਮੀ ਦੇ ਵਾਸਤੇ ਕੋਸ਼ਿਸ਼ ਕਰਦਾ ਹੋਇਆ ਪਾਂਜਰਾ ਜੱਗੂ ਆਪਣੀ ਟੀਮ ਲਈ ਜੋੜ ਗਿਆ ਐ ਬਸ ਫੋਰ ਵਾਰਸ ਜੀ ਮਾਲਵਾ ਕਲੱਬ ਸਮਰਾਲਾ ਦੋਨੋ ਟੀਮਾਂ ਲਾਈਨ ਅਪ ਹੋ ਜਾਣ ਇਹਨਾਂ ਟੀਮਾਂ ਦੇ ਨਾਲ ਇੰਟਰੋਡਕਸ਼ਨ ਹੋਵੇਗੀ। ਆ ਮੈਂ ਬੇਨਤੀ ਕਰਦਾ ਕਲੱਬ ਦੇ ਸਰਪ੍ਰਸਤ ਅਨੁਭਵ ਸਿੰਗਲਾ ਜੀ ਧਰਮਿੰਦਰ ਸਿੰਘ ਜੀ ਦੋਲਟ ਸਰਪੰਚ ਸਾਹਿਬ ਸੰਤੋਲਪੁਰਾ ਨਾਲ ਬਲਦੇਵ ਸਿੰਘ ਮਾਨ ਸਰਪੰਚ ਸਾਹਿਬ ਧੂਰੀ ਪਿੰਡ ਕਲੱਬ ਪ੍ਰਧਾਨ ਬਾਈ ਗੁਰਸੇਵ ਸਿੰਘ ਸੇਬੀ ਹਰਦੀਪ ਸਿੰਘ ਜੀ ਨਾਲ ਸਾਡਾ ਲਾਡੀ ਵੀਰ ਧਰਮਿੰਦਰ ਜੱਖੜਾ ਨਾਲ ਸੀਪਾ ਜੱਖੜਾ ਦਵਿੰਦਰ ਸਿੰਘ ਮਾਨਾ ਨਾਲ ਸਾਡੇ ਵੀਰ ਦਵਿੰਦਰ ਸਿੰਘ ਜੀ ਸਾਓ ਰਣਜੀਤ ਸਿੰਘ ਜੀ ਕਿਨੌਰ ਕੋਲਾ ਸਵਰਨਾ ਬਾਠ ਇਹ ਸਾਰੇ ਵੀਰ ਕਿਰਪਾ ਕਰਕੇ ਸਾਡੇ ਸਤਿਕਾਰ ਸਰਦਾਰ ਜਸਵੰਤ ਸਿੰਘ ਜੀ ਗੱਦੜ ਮਾਜਰਾ ਉਹਨਾਂ ਨੂੰ ਲੈ ਕੇ ਗਰਾਊਂਡ ਵਿੱਚ ਆਉਣਗੇ। ਨੈਕਸਟ ਟੀਮਾਂ ਜੀ ਅਨਾਊਂਸ ਕਰ ਦਿਓ ਮੇਰੇ ਵੀਰ। ਹਾਂ ਜੀ ਆ ਬਗੇ ਮੈਂ ਕਰ ਰਿਹਾ ਕੋਈ ਨਾ ਟੀਮਾਂ ਆ ਰਹੀਆਂ ਨੇ। ਹਰਪ੍ਰੀਤ ਬਾਈ ਸਾਰਿਆਂ ਦਾ ਜੋੜ ਲੱਗਿਆ ਹੋਇਆ ਕੋਈ ਗੱਲ ਨੀ। ਹਾਂ ਦੋਨੋਂ ਟੀਮਾਂ ਲਾਈਨ ਅਪ ਹੋ ਜੂਗਾ ਬਈ ਹੁਣ ਲਾਟ ਸੱਦਾ ਸਪੋਰਟ ਲੋ ਪਲੀਜ਼। ਕੋਚਰ ਸਾਹਿਬਾਨ ਆਖ ਰਿਹਾ ਮੈਂ ਨਹੀਂ ਆਖ ਰਿਹਾ ਕਿ ਐਡਸ ਫੋਰਡ ਅਕੈਡਮੀ ਦੇ ਲਈ ਜਲਦੀ ਗਰਾਊਂਡ ਵਿੱਚ ਪੁੱਜੋ ਨਾਲ ਮਾਲਵਾ ਕਲੱਬ ਸਮਰਾਲਾ ਸਾਡਾ ਗੁਰਤੇਜ ਵੀਰ ਗਿੱਲ ਜੱਖੜਾ ਵਾਲਾ ਆਖਦਾ ਹੈ ਕਿ ਇਸ ਮੈਚ ਦੇ ਜਿਹੜੇ ਪੁਆਇੰਟ ਹੈ ਸ਼ਹੀਦ ਬਾਬਾ ਬਚਨ ਸਿੰਘ ਅਕੈਡਮੀ ਦੜਬਾ 37.5 ਪੁਆਇੰਟ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ ਦੇ ਧਰਮਿੰਦਰ ਸਿੰਘ 25 ਪੁਆਇੰਟ ਹੈ ਦੜਬਾ ਜੇਤੂ ਹੈ ਜੀ। ਸਰਪੰਚ ਨੇ ਸਤੋਕਪੁਰੇ ਦੇ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਨਾਲ ਜਾਣ ਧਰਮਿੰਦਰ ਸਿੰਘ ਜੀ ਦੁਲਟ ਧਰਮਿੰਦਰ ਸਿੰਘ ਜੀ ਦੁਲਟ ਵੀ ਨਾਲ ਆਉਣਗੇ ਨਾਲ ਕਹਿੰਦੇ ਵੀ ਮਲਕੀਤ ਸਿੰਘ ਜੀ ਜੱਖੜਾ ਸਾਡੇ ਬਾਈ ਬਬਲੂ ਦੇ ਚਾਚਾ ਜੀ ਸੀਪਰ ਦੇ ਚਾਚਾ ਜੀ ਨਾਲ ਸਰਪੰਚ ਸਾਹਿਬ ਬਲਦੇਵ ਮਾਨ ਜੀ ਪੱਪੀ ਜੀ ਐਮ ਸੀ ਸਾਹਿਬ ਗੁਰਪਿਆਰ ਸਿੰਘ ਰਮੇਸ਼ ਧੂਰਾ ਸਾਡੇ ਸਤਿਕਾਰਯੋਗ ਭਰਾ ਆ ਧੰਨਵਾਦ ਕਰਦੇ ਹਾਂ। ਜੰਗਪਾਲ ਸਿੰਘ ਤਲੇਰ ਜ਼ਿੰਦਗੀ ਦੇ ਪਰਮ ਸਤਿਕਾਰਯੋਗ ਵੀਰ ਹੈ ਸਾਡੇ ਜਸਵੰਤ ਸਿੰਘ ਜੀ ਗੱਦੜ ਮਾਜਰਾ ਸਬਰ ਦੇ ਨਾਲ ਖੇਡ ਮੈਦਾਨ ਵਿੱਚ ਪੁੱਜੇ ਹੋਏ ਆ ਇਹਨਾਂ ਖਿਡਾਰੀਆਂ ਦੇ ਨਾਲ ਇੰਟਰੋਡਕਸ਼ਨ ਕਰਦੇ ਹੋਏ ਆ ਬੇਨਤੀ ਕਰਦਾ ਜਸ਼ਨ ਕਿਤੇ ਇੱਕ ਮਿੰਟ ਗਰਾਊਂਡ ਜਾ ਕੇ ਜਾਵੇ ਹਾਂਜੀ ਦਰਬਾ ਅਕੈਡਮੀ ਦੇ ਨਾਲ ਜਾਣ ਪਹਿਚਾਣ ਤੋਂ ਬਾਅਦ ਦੇਖਦੇ ਵੀ ਚਮਕੌਰ ਸਾਹਿਬ ਅਕੈਡਮੀ ਦੇ ਨਾਲ ਇੰਟਰੋਡਿਊਸ ਹੁੰਦੇ ਹੋਏ ਸਾਡੇ ਰਿਸਪੈਕਟਡ ਆਨਰੇਬਲ ਸਰਦਾਰ ਜਸਵੰਤ ਸਿੰਘ ਜੀ ਗੱਦੜ ਮਾਜਰਾ ਸਾਹਿਬ ਨਾਲ ਬਲਦੇਵ ਸਰਪੰਚ ਜੀ ਧੂਰੀ ਪਿੰਡ ਨਾਲੇ ਮਲਕੀਤ ਸਿੰਘ ਜੀ ਗਿੱਲ ਸਾਹਿਬ ਜੱਖਣਾ ਵਾਲੇ ਪੱਪੀ ਐਮ ਸੀ ਜੀ ਸਵਰਨਾਬਾਦ ਗੁਰਪਿਆਰ ਸਿੰਘ ਜੀ ਰਮੇਸ਼ ਸਾਬਕਾ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਟੋਰਾ ਤੇ ਬਾਬਾ ਬਿੱਟੂ ਸ਼ਾਹ ਜੀ ਘੇਰੂ ਵਾਲੇ ਤੇ ਉਹਨਾਂ ਦੇ ਨਾਲ ਜੰਗਪਾਲ ਸਿੰਘ ਜੀ ਤਲੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੂੰ ਆਖਦੇ ਹਾਂ। ਹਾਂਜੀ ਪੂਰਨ ਹੁਣ ਕਰਤੱਵ ਕਰਕੇ ਵਜੋਂ ਰੇਸ ਲਾਉਣੀ ਹੈ ਪੂਰਨ ਲੇਲ ਵਾਲੇ ਨੇ ਧੰਨਵਾਦ ਕਰਦੇ ਹਾਂ। ਕਦੇ ਵੀ ਕੁਦਰਤ ਦਾ ਮਾਰਿਆ ਹੋਇਆ ਪਰ ਕਦੇ ਦਿਲ ਤੋਂ ਨਹੀਂ ਹਾਰਿਆ ਸਰੀਰ ਤੋਂ ਨਹੀਂ ਹਾਰਿਆ ਸਿਦਕਾ ਸੁਣਿਆ ਕਦੇ ਵੀ ਮੰਗ ਕੇ ਨਹੀਂ ਖਾਣਾ ਭਾਵੇਂ ਸਾਡੇ ਦਰਸ਼ਕ ਵੀਰ ਕਬੱਡੀ ਨਾਲ ਜੁੜਦੇ ਆ ਉਹਨਾਂ ਦੇ ਰੂਬਰੂ ਹੋ ਸਕਦਾ ਆਪਣੀ ਰੇਸ ਲਗਾ ਕੇ ਮੰਗ ਕੇ ਨਹੀਂ ਖਾਣਾ ਇਹ ਵੀ ਸਿਦਕ ਦੀ ਗੱਲ ਹੈ। ਪੂਰਨ ਵੇਲ ਵਾਲਾ ਗਰਾਊਂਡ ਦੇ ਆਲੇ ਦੁਆਲੇ ਆ ਰੇਸ ਲਗਾਵੇਗਾ ਇਹਦਾ ਮਾਣ ਸਤਿਕਾਰ ਸਾਰੇ ਜਾਣੇ ਕਰੋ ਬਾਈ ਬਬਲੂ ਵੱਲੋਂ ਸੀਪੇ ਵੱਲੋਂ ਤੇ ਜੱਸੇ ਵੀਰ ਵੱਲੋਂ 500 ਦੇ ਮਾਣ ਹੈ ਪੂਰਨ ਲੇਲ ਵਾਲੇ ਦੇ ਵਾਸਤੇ। ਸਾਡੇ ਵਿਚਕਾਰ ਪੰਚਾਇਤ ਮੈਂਬਰ ਭਲਵਾਨ ਬਿੱਟੂ ਜੀ ਪਹੁੰਚੇ ਨੇ ਬਿੱਟੂ ਭਲਵਾਨ ਵਾਲੇ ਉਹਨਾਂ ਨੂੰ ਅਸੀਂ ਜੀਆਂ ਆਖਦੇ ਹਾਂ ਬਿੱਟੂ ਜੀ ਭਲਵਾਨ ਤੋਂ।
ਜਿਹੜਾ ਲਾਵੇਗਾ ਰੇਸ ਲਾਵੇ ਸ਼ੁਰੂ ਕਰ ਦੋ ਬਗੇਲ ਆ ਕਰਵਾਈ ਮਾੜੀ ਜੀ ਰੇਸ ਲਵਾਈ ਦੋ ਸਾਡੇ ਕੁਲਦੀਪ ਭਾਰਤੀਆ ਜੀ ਤੇ ਬਾਈ ਟਿੰਕੂ ਟਿੰਕੂ ਚਹਿਲ ਦੇ ਜਿਗਰੀ ਯਾਰ ਵਿਸ਼ੇਸ਼ ਤੌਰ ਤੇ ਪੁੱਜੇ ਹੈ ਧੰਨਵਾਦ ਕਰਦੇ ਹਾਂ ਜੀ ਇਹਨੂੰ ਆਖਦੇ ਹਾਂ ਜੋਤ ਕੈਨੇਡਾ ਦੇ ਨਾਲ ਪੰਜਾਂ ਨਾਲੋਂ ਵੱਧ ਪਿਆਰ ਹੈ ਵਿਸ਼ੇਸ਼ ਤੌਰ ਤੇ ਟਿੰਕੂ ਲੱਡਾ ਸਾਡੇ ਵੀਰ ਪੂਰੇ ਹਿੰਦੁਸਤਾਨ ਹੀ ਨਹੀਂ ਵਰਲਡ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਸਾਰੇ ਸਾਡੇ ਪਰਮ ਮਿੱਤਰ ਮਿੰਟ ਮਿੰਟ ਤੋਂ ਸਾਡੇ ਨਾਲ ਜੁੜੇ ਹੋਏ ਆ ਸੋ ਵੱਡਾ ਉਪਰਾਲਾ ਜਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਸਮੁੱਚੀ ਟੀਮ ਹੈ ਵਧਾਈ ਦੇ ਪਾਤਰ ਹੈ ਮੈਂ ਸਾਰਿਆਂ ਦਾ ਹੀ ਨਾਮ ਲਵਾਂ ਤਾਂ ਬੜਾ ਸਮਾਂ ਲੱਗ ਜਾਣਾ ਸੋ ਸਾਰੀ ਹੀ ਟੀਮ ਵਧਾਈ ਦੇ ਪਾਤਰ ਹੈ ਔਰ ਵੱਡਾ ਧੰਨਵਾਦ ਕਰਦਾ ਮੈਂ ਇਕੱਲੇ ਇਕੱਲੇ ਆਏ ਹੋਏ ਦਰਸ਼ਕ ਵੀਰ ਦਾ ਸੋ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ 'ਤੇ ਹੈ ਤੁਹਾਡੇ ਇਸ ਪਿਆਰ ਦੇ ਨਾਲ ਹੀ ਇਹ ਖੇਡ ਮੇਲੇ ਸੋਹਣੇ ਲੱਗਦੇ ਹੈ ਸਾਰੇ ਆਏ ਹੋਏ ਵੀਰਾਂ ਦਾ ਧੰਨਵਾਦ ਕਰਦਾ ਔਰ ਇੱਕ ਵਾਰੀ ਮੈਂ ਮਾਲਵਾ ਸਪੋਰਟਸ ਕਲੱਬ ਦਾ ਵੀ ਜੀ ਧੰਨਵਾਦ ਕਰਦਾ ਬਾਈ ਜੰਗਪਾਲ ਤਲੇਰ ਸਾਡਾ ਬਾਈ ਰਮੀਸ਼ ਤੂਰਾ ਸੋਹਣਦੀਪ ਜੁਗਨੂ ਬਾਈ ਪਰਦੇਸੀ ਬਾਈ ਮਾਣਾ ਜਿੰਨੇ ਵੀ ਸਮੁੱਚੀ ਟੀਮ ਆਈ ਹੈ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਸਮੁੱਚੇ ਕਲੱਬ ਨੂੰ ਸੋ ਐਵਰ ਸਪੋਰਟਸ ਇੰਟਰਨੈਸ਼ਨਲ ਕਬੱਡੀ ਅਕੈਡਮੀ ਗਾਗੜਪੁਰ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਰਹੇ ਨੇ ਸਤੀ ਹੁਰੀ ਦਰਸ਼ਨ ਹੁਰੀ ਬੱਬੂ ਹੁਰੀ ਚੱਠਿਆਂ ਵਾਲਾ ਭਿੰਦਰ ਪ੍ਰੋਫੈਸਰ ਸੋਹਣਦੀਪ ਜੁਗਨੂਰਾਂ ਦਾ ਚੰਡਿਆ ਹੋਇਆ ਪੱਠ ਹੈ ਅਰਣੀਆਂ ਦਿੜਬੇ ਵਾਲਾ ਦਿੜਬੇ ਦੀ ਟੀਮ ਨੇ ਅੱਜ ਤੱਕ ਮੇਰੇ ਵੀਰਿਓ 102 ਮੋਟਰਸਾਈਕਲ ਜਿੱਤੇ ਨੇ ਪੇਂਡੂ ਖੇਡ ਮੇਲਿਆਂ ਤੋਂ ਉਹ ਟੀਮ ਦੇ ਸ਼ਿੰਗਾਰ ਕਾਜੂ ਰਣੀਕਿਆਂ ਵਾਲਾ ਆਪਣੇ ਇਲਾਕੇ ਦਾ ਮਾਣ ਹੈ ਰਾਜ ਚੋਟ ਦਿੜਬੇ ਵਾਲਾ ਬਾਗੇਡ ਕਬੱਡੀ ਦਾ ਮਾਣ ਮੇਰੇ ਵੀਰਿਓ ਐਵਰ ਸਪੋਰਟਸ ਇੰਟਰਨੈਸ਼ਨਲ ਕਬੱਡੀ ਅਕੈਡਮੀ ਗਾਗੜਪੁਰ ਦੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਪਰਤ ਰਹੇ ਨੇ ਹੈਲੋ ਹਰਪ੍ਰੀਤ ਸਿੰਘ ਜੀ ਆ ਖੜਾ ਕਿ ਮੇਰੇ ਕੋਲ ਇਹਨਾਂ ਦੱਸੋ ਕੀ ਕਰਨਾ ਕਿਹਦਾ ਆ ਖੜਾ ਇਹਨੇ ਕੀ ਕਰਨਾ ਪਤਾ ਨੀ ਕਹਿੰਦਾ ਤੂੰ ਕਰਦਾ ਬੱਕਰਾ ਮੇਰਾ ਬੰਦ ਨਹੀਂ ਮੈਂ ਕਰਵਾ ਦੂੰਗਾ ਜੇ ਆਖਦਾ ਜਿਹੜਾ ਕੁਛ ਕਰਨਾ ਫਟਾਫਟ ਉਹਨੂੰ ਤਾਂ ਕਰ ਵੀ ਦਿੰਦਾ ਪੁੱਛੀ ਦਾ ਨੀ ਹੁੰਦਾ ਕਰਕੇ ਬੜਾ ਜਾ ਤੂੰ ਤਾਂ ਕੋਟੀ ਪਾਈ ਫਿਰਦਾ ਕੋਟੀ ਕੁੱਟੀ ਲਾ ਕੇ ਫਟਾਫਟ ਕਰਦੇ ਜਿਹੜਾ ਕੁਛ ਕਰਨਾ ਇੰਟਰਨੈਸ਼ਨਲ ਕਬੱਡੀ ਅਕੈਡਮੀ ਦੇ ਮਾਲਵਾ ਕਲੱਬ ਸੋਨਾਲਾ ਸਾਡੇ ਬਾਈ ਬਬਲੂ USA ਤੋਂ ਸਵਰਨ ਇੱਕ ਵਾਰ ਫੇਰ ਬਾਈ ਜੰਗਪਾਲ ਤਲੇਰ ਉਹਨਾਂ ਦਾ ਇੱਥੇ ਪੁੱਜਣ ਦੇ ਧੰਨਵਾਦ ਕਰ ਰਹੇ ਨੇ ਫੋਨ ਦੇ ਜੁੜੇ ਹੋਏ ਆ ਨੈਟਵਰਕ ਦੇ ਜ਼ਰੀਏ ਵੀ 365.com ਦੇ ਜ਼ਰੀਏ ਵੀ ਜੁੜੇ ਹੋਏ ਆ ਗੁਰਪਿਆਰ ਰਮੀਸ਼ ਧੂਰਾ ਤੇ ਨਾਲ ਸਾਡਾ ਬਾਈ ਪ੍ਰੋਫੈਸਰ ਸੋਹਣਦੀਪ ਜੁਗਨੂ ਅਰਣਧੀਰ ਪ੍ਰਦੇਸੀ ਮਾਣੇ ਉਰਿਆਂ ਦਾ ਸਪੋਰਟਸ ਐਂਡ ਕਲਚਰ ਕਬੱਡੀ ਕੱਪ ਦੀ ਪੂਰੀ ਟੀਮ ਦਾ ਬਾਈ ਬਬਲੂ USA ਵਾਲਾ ਆਖਦਾ ਕਿ CPH USA ਵੱਲੋਂ ਜਾਂ ਆਸਟ੍ਰੇਲੀਆ ਬਾਈ ਬਬਲੂ USA ਵੱਲੋਂ ਵਿਸ਼ੇਸ਼ ਤੌਰ ਤੇ ਇੱਥੇ ਪੁੱਜਣ ਦੇ ਇਹਨਾਂ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਬਾਈ ਜੋਤ ਚਹਿਲ ਕੈਨੇਡਾ ਦੇ ਨਾਲ ਸਾਡੇ ਬਾਈ ਜੰਗਪਾਲ ਉਹ ਵੀਰ ਵੀ ਲਾਈਵ ਤੱਕ ਰਿਹਾ ਉਸ ਵੀਰ ਵੱਲੋਂ ਵੀ ਬਾਈ ਜੰਗਪਾਲ ਹੋਰਾਂ ਦਾ ਧੰਨਵਾਦ ਜੀ ਆਇਆਂ ਨੂੰ ਜੀ ਸਾਡਾ ਮਨਜੀਤ ਚੌਂਦੇ ਵਾਲਾ ਵੀਰ ਵੀ ਵਿਸ਼ੇਸ਼ ਤੌਰ ਤੇ ਉਸ ਵੀਰ ਦਾ ਵੀ ਦੇ ਹੈਲੋ ਆ ਜਿਹੜੇ ਵੀਰਾਂ ਕੋਲ ਮੂਵ ਹੈ ਸ਼ੀਸ਼ੀਆਂ ਗਰਾਊਂਡ ਵਿੱਚ ਲੈ ਕੇ ਪੱਕੇ ਹੀ ਖੜੇ ਰਿਹਾ ਕਰੋ ਪਤਾ ਵੀ ਲੋੜ ਪੈਂਦੀ ਹੈ ਗਰਾਊਂਡ ਚਾਹੁੰਦੇ ਜਿਹਨਾਂ ਕੋਲ ਮੂਵ ਸਪਰੇ ਹੈ ਆ ਬੇਨਤੀ ਹੈ ਮੈਚ ਸ਼ੁਰੂ ਕਰਵਾਓ ਜੀ ਕੋਚ ਸਾਹਿਬ ਪਲੀਜ਼ ਇੱਧਰ ਦੇਖਦੇ ਵੀ ਬੱਬੂ ਝਨੇਰੀ ਵਾਲਾ ਕਹਿੰਦੇ ਨੌਜਵਾਨ ਹੁਣੇ ਹੁਣੇ ਸਿਲੈਕਟ ਹੋਇਆ ਟੀਮ ਦੇ ਵਿੱਚ ਬੜਾ ਵਧੀਆ ਜਾਤੀ ਆ ਬਾਲੀਆਂ ਦੇ ਕਬੱਡੀ ਕੱਪ ਤੋਂ ਬੜੇ ਤਕੜੇ ਜੱਫੇ ਲਾਏ ਸੀ ਇਸ ਖਿਡਾਰੀ ਨੇ ਐਵ ਸਪੋਰਟ ਕਬੱਡੀ ਦੇ ਲਈ ਆ ਚੁਣਿਆ ਗਿਆ ਅੱਜ ਉੱਥੇ ਜੱਫੇ ਲਾਵੇਗਾ ਪਰਵਾੜੇ ਤੋਂ ਆਇਆ ਕਰਤੱਵ ਕਰਨਾ ਕਰਦੇ ਇੰਨਾ ਟਾਈਮ ਤਾਂ ਲਾਈ ਨਾ ਤੂੰ ਕਰਦੇ ਫਟਾਫਟ ਸਵਰਨ ਜੀ ਇੱਕ ਮਿੰਟ ਰਿਕਾਰਡਿੰਗ ਦੇ ਲਈ ਮਾਫੀ ਚਾਹੁੰਦੇ ਰਿਕਾਰਡਿੰਗ ਕਰ ਰਹੇ ਨੇ ਸੋ ਇਸ ਕਲੱਬ ਦੇ ਜੋ ਕਰਤਾ ਧਰਤਾ ਬਾਈ ਹਰਦੀਪ ਬਬਲੂ ਜੀ ਬਾਈ ਸੀਪਾ USA ਬਾਈ ਜੱਸਾ ਆਸਟ੍ਰੇਲੀਆ ਸੋ ਉਹਨਾਂ ਦੀ ਰਹਿਨੁਮਾਈ ਦੇ ਹੇਠ
भाई अनुभव सिंगला, भाई धर्मेंद्र दौलत, बलदेव मान जी, गुरसेव सेबी कांजला प्रधान, भाई जसप्रीत अक्षय, विक्रमजीत लाडी, भाई धर्मेंद्र जखणा, दविंदर सराओ, भाई रणजीत कनौर, स्वर्ण बाठ, साडा छोटा सीपा सुखदीप गिल, भाई सुरेंद्र पाल नीटा, दविंदर पाल नीटा, कुलविंदर गिल, सो दलेर भाई नागरा जी, भाई धनोवा साहब बलवीर सिंह, भाई जस्सा जखणा वाले, सो भाई सारिया का मैं धन्यवाद करदा एक बार फिर तो। भाई धर्मेंद्र खजानची जिहड़ा बड़ा जोर लगे है, सो लाली भाई ढींसा, भाई इकबाल दयाल, भाई बोला देविया वाला, सारे इस टाइम आस्ट्रेलिया तो भाई जस्से और बैठे ये नज़ारे तक रहे ने इस मैच के, उन्हों का भी धन्यवाद। हाँ जी भाई हरजिंदर जनाल ते बिंदर पसौड़ इन्हों भी इतने जी आया, हाँ जो होर साथी आए हैं उन्होंने भी जी आया। हेलो बघेले इन्हों टीम भी जान पहचान करवा दिए, साढ़े जेडे मेहमान पुजे साडे बाबा बीटू शाह जी कहेरू वाले उन्होंने नाल, ते भाई बबलू जूएस सत्कारयोग डैडी जी मास्टर राम सिंह जी जखणा वाले उन्होंने नाल इन्हों खिलाड़ियों इंट्रोड्यूस करवा दिता जाए। बेनती है कि जिन्हें नवे सदन पुजे है साढ़े कुलदीप सिंह जी ककड़वाल ते नाल ही भाई टिंकू जी लब्बे वाले ये सारे जिन्होंने बघेल सिंह ग्राउंड में लेके आओ तुम सारे प्रबंधक नाल, भाई बलदेव सिंह जी मान सरपंच साहब, अनुभव सिंगला जी नाले, हरदीप भाई सेबी प्रधान, धर्मेंद्र जखणा नाले कि भी साढ़े धर्मेंद्र सिंह दौलत सरपंच साहब संतोखपुरा, इन्हों सारे जिन्होंने बेनती भी आ ग्राउंड में आ दूजू। हाँ जी धन्यवाद जी सर जी। श्री रोहित सिंगला जी जो कि प्रोपराइटर ने बधावा वंदना फिलिंग स्टेशन लड्डा पंप वाले, इन्हों का बहुत ही वड्डा भी मैं कल तो देखता है क्योंकि मेरी नजर यह होंदिया ने भी मेरिया वर्गा किहड़ा फोटो खिचाउणा दा किहड़ा इस क्लब नूं सपुरद है। सो रोहित सिंगला जी का बड़ा धन्यवाद। मैं मोहित सिंगला जी पिपल इंटरप्राइजर वाले और राजन सिंह परमार ब्रांड अलाइव इवेंट्स कंपनी चंडीगढ़, फतेहदीप सिंह नागरा जी, दलेर सिंह नागरा जी यूएसए, और साडा यारां दा यार भाई कुलदीप कीपा सग्गू साहब ये भी पहुंचे ने, इन्हों का धन्यवाद। मैं उचेचे तौर पर अमन पुन्नावाल सारा धन्यवाद, समुची टीम जावे जी, सरपंच साहब देव जी, दुल्लर साहब, गुरसेव कांजली, साडा भाई रिक्की जो कि टैक्सी यूनियन के प्रधान ने, रिक्की साडा वीर खैरा उहदा भी धन्यवाद, काला संधु सारे का धन्यवाद करता मैं क्योंकि माफ़ी चाहना किसी का नाम ना बोलिया जाए। उधर इंट्रोडक्शन दे लई ग्राउंड दे वल स्वर्ण संधु जी मैक, चलो एक मिनट तुसी लिखो, धर्मेंद्र दौलत जी साडे, भाई बलदेव मान जी, गुरसेव कांजला जी, सो इंट्रोड्यूस करते हुए खिडारियों नाल भाई रणजीत कनौर, मैं बहुत धन्यवाद करदा भाई रणजीत कनौर, दविंदर मान जी, टीपी साहब, धर्मेंद्र जखणा, जिनी तारीफ करी जाए भाई धर्मेंद्र थोड़ी है, मैनू पता भी किन्ना इस इंसान ने पर्सनली तौर पर इस मेले नूं सपुरद होया। मैं दिल दी गल भाई सुरेंद्र बार बार बाबलू फोन कर रहे हैं कि सेबी प्रधान का, धर्मेंद्र दौलत का, स्वर्ण विभाग का, अक्षय का, बलदेव सरपंच धूरी का, सुखविंदर सिंह नीटा आड़ती का, अनुभव सिंगले का, धर्मेंद्र जखणा का, जीत घनौर का, लाडी बाई का, हरप्रीत संधु का, ते नाले साडा शैली गरेवाल, इन्हां गुरतेज जखणा का धन्यवाद कर दिओ। मेरे वालों बड़ा सोहना प्रबंध किया इन्होंने भी, मेरी गैर हाजरी के मैनू नहीं लग रही है, मैं कोई घाट दिखाई नहीं दे रही है, सो धन्यवाद है सारी टीम का, बहुत बहुत शुक्रिया, मेहरबानी। एक यादगारी तस्वीर कराते हुए धर्मेंद्र सिंह जी दौलत सरपंच सतौकपुरा जिन्हों वालों 21,000 रुपया
इस समागम में योगदान पाया गया। सैबी कांजला जी वालों 1 लाख रुपया, लाडी भलवान अक्षय धूरी पिंड वालों 71,000 रुपया, बलदेव सिंह मान सरपंच वालों 51,000 रुपया, अनुभव गोयल जी वालों 1,51,000 रुपए का योगदान, धर्मेंद्र जखला जी सीपा जखला जी वालों 51,000 रुपए का योगदान पाया गया। तो सीनियर मीत प्रधान हरदीप दौलतवर जी वालों 21,000 रुपए का योगदान पाया गया। दविंदर माना जी वालों 11,000 का योगदान, जीत घनौर जी वालों 11,000, भाई डीटा जी वालों 11,000, बहुत बड़ा योगदान पाया गया। समुची क्लब की टीम वालों तो संधु बरादरां जो सामने डिस्कवर मोटरसाइकिल खड़े ने यह क्लब वालों सन्मान होने ने, हरिंदर नागरा जी उन्हों का भी बहुत वड्डा योगदान आ, हरदीप सिंह बबलू वालों चेयरमैन साहब वालों, जस्सा आस्ट्रेलिया वालों, सीपा यूएसए वालों 3 लाख रुपये का योगदान आ। हाँ जी, मैच जरा शुरू करवा दिता जाए साढ़े बाजू खुशदीप सिंह गिल खुशिया दुग्गा वाला खेल मैदान में पुज गए, धन्यवाद करते हैं जी आपका। हाँ जी, साइडा नोट करो, मालवा क्लब समराले की टीम है जी, मंडी वाली साइड ते धूरी शहर वाली साइड टीम जी शहीद सॉरी एबस फोर्ड इंटरनेशनल कबड्डी अकैडमी गगड़पुर संगरूर की है। इस मैच की पहली कबड्डी कलबी मनजोत सिंह गिल माशी वाले वाला खेड़ मैदान पाता हुआ कि पहली पेशी यार सुट गए तेन लै दे वकीला बोता, जे पहली पेशी यार सुट गए तेन लै दे वकीला बोता। एक कमी ते कहते भी नौजवान ने बब्बू झनेड़ी वाला कोशिश करता हुआ सफलता कदम चुमदी हुए स्थावी दे मनजोत सिंह गिल माछी वाले वाला यह पॉइंट अपनी टीम जोड़ता हुआ। साडे चाचा जी सरदार अमरीक सिंह जी वह भी कल तो साढ़े नाल जुड़े हुए हैं, धन्यवाद करना मैं साढ़े मानयोग सरदार अमरीक सिंह जी। हाँ जी, सो भी लवली सफेड़ी वाला टीमे सफेड़ी वाला सपुत्र है, उच्च कोटी का याफी है, अज जाफलाइन में उतरे है, तकड़ी कोशिश की है पर पॉइंट देख भी राज झोट दड़बे वाला अपनी टीम जोड़ गया। राजू कोटड़े पड़ी की धरती का सामने लिखनी अगली कबड्डी पैदा हुआ काजू है रणीका की धरती का बोल लिये कराचो के कबड्डी कप से बब्बल वालों मोटरसाइकिल दिता गया है। इस खिलाड़ी समा दसेगा, समा दसेगा काजू रणीका वाला, काजू रणीका वाला जफा ला गया है। यह पॉइंट अगली कबड्डी खेड़ मैदान पैंदी हुई है एबस फोर्ड इंटरनेशनल कबड्डी अकैडमी गगड़पुर संगरूर, जिस अकैडमी से कलबी माण करता भाई बब्बल संगरूर कनेडा वाला, नाल ही कलबी बलराज संघा कनेडा ते नाल ही कलबी लब्बी नगर वाला कनेडा तो माण करता ना खिलाड़ियों से। वह देख रहे हैं सीता तरखाण बढ़ती मेरे भी तैयार की हुई बड़ी टीम है, अब देख रहे हैं उधर रणिया ते सती दो भरा है मेरे भी याफ लाइन के खड़े हुए हैं, इन्हें पीर ने कहते भी पूरी दहशत मचाई है ना ग्राउंडा के शानदार जफिया के नाल। इधर लखविंदर सिंह लाडी और टाला वाला पहले पल वर्ल्ड कबड्डी कप के लिए इंडिया की टीम के वालों खेड के मंडी करण बोर्ड में परती हुए है, यह है लखविंदर और टाला वाला। दीपा बल नौ की धरती का खेड़ मैदान में पुज गया है,
एक लाख रुपए बड़े मार किते भाई बबल कलेड़ा ने बलराज संघे ने लपी नगल ने मेरी अज देखते उधर अर्शदीप सिंह काले बूढ़े वाला शानदार कबड्डी पा के एक पॉइंट का वाधा अपनी टीम लिए करता हुआ देखते भी सामने खेड मैदान अगली कबड्डी पाई हुई है मालवा कबड्डी कप समराला के वास्ते कबड्डी पाया होया कहना उड़ पाऊंगा कबड्डी है हिक्का लत्ता बाहां विच ताकतां ने वड्डियां हिक्का लत्ता बाहां विच ताकतां ने वड्डियां सामने लिखदी है बरिंदर सिंह कहिंदे भी पवे खाकड़ दी धरती दा इह शानदार पॉइंट अपनी टीम लई जोड़दा होया बलजिंदर नंबरदार कपियाल की धरती का कबड्डी पाया होया बुलट दिता बबल कलेड़ा ने कराचों के कबड्डी कप से इस खिलाड़ी ने मेरी बड़े माण करता है जिते कहने भी मंगी बग्या मारे BMW दी गई है गग्गी खीरा माल स्विफ्ट सीलू हरियाणे अनोवा दी गई है यह अकैडमी वाले इन्होंने खिलाड़ियों के बड़े माण है 13 मोटरसाइकिल बंडे सिंह भी लास्ट जी ने गगनपुर के कबड्डी कप से इस बार भी 13 मोटरसाइकिल बंडे है शायद कोई खिलाड़ी हो जिन्हें मोटरसाइकिल ना मिले हो अज सारे खिलाड़ी मोटरसाइकिल सन्मान हो खेड रहे हैं सामने तकड़ी गिल परिवार का मनजोत सिंह शानदार कबड्डी पा के अपनी टीम के वास्ते वधिया पॉइंट का वाधा करता हो चल भी गभरू है ता फिर कबड्डी राज चोट दड़बे की धरती का कहने भी दड़बे का पिपल बड़ा मशहूर है पुराने समय में गल होती है उस पिपल की देखने भी दड़बे का यह शानदार तवी राज चोट कबड्डी पा रहे हैं उधर सुखपाल पाला दड़बे वाला पुजिया मेरे भी अपनी टीम के नाल तकदा हुआ कि इस समय नौजवान उधर मेरे भी मालवा क्लब के वास्ते कीता चार साहब की धरती का दूसरे बंदे राज चोट राजू कोटले वाला कबड्डी पाया हुआ बबलू जूएसए सीपा जूएसए दलेर सिंह नागरा जूएसए दसा ऑस्ट्रेलिया लगातार कबड्डी कप नाल जुड़े हुए है लाडी बाट न्यूजीलैंड सुभाष मेहता जी जूएसए जोत चहल कनेडा मनप्रीत चहल कनेडा लगातार जुड़े हुए है ते साडा वीर सवरना बाट उहदा साधु सा मनिंदर कनेडा भी जुड़िया हुआ है धन्यवाद करते हैं हरवीर साडा वीर जुड़िया हुआ है इन्हां वीरां दा भी धन्यवाद है लखविंदर सिंह लाडी और टाला की धरती है कहते भी समराले की गोदी घुगमस का नगर है इस खिलाड़ी का सरदार जसवंत सिंह जी गजन माजरा तारा रियल एस्टेट तारा फीड तारा इंडस्ट्री सो बड़ा वड्डा नाम है इस उद्योग की लाइन के उन्होंने सन्मान समुचे क्लब की तरफों हो रहा है जसवंत सिंह जी गजन माजरा साहब सरदार जसवंत सिंह जी गजन माजरा साहब उन्होंने सन्मान भाई सवरना बाठ गुरसेव कांजले वालिया बहुत ही बधाई अच तेन लख लख जी तेरी मेहनत है बलदेव मान सरपंच साहब धूरी पिंड सो सारे समुची टीम है जो ये सन्मान देवेगी सरदार जसवंत सिंह जी गजन माजरा हो नेड़े जी स्वर्ण वाठ जी नाल साडे सत्कारयोग मास्टर राम सिंह जी जो कि पिता ने सरदार हरदीप सिंह जी बबलू यूएसए वाले दे भाई जस्सा जी आस्ट्रेलिया वाले दे सो नाल साडा भाई जंगपाल धलेरां दा भाई गुरप्यार रमीश तूरा सबका सरपंच तूरा ब्लाक समिति मैंबर साहब नाल बलविंदर सरपंच जखला जी 2100 रुपए की माली मदद धन्यवाद करते हैं चलो जी संधु साहब वाजबा बहुत बहुत धन्यवाद सरदार जसवंत सिंह जी गदन माजरा सबरों का जिन्होंने बड़िया भरमिया हाजरिया लगवाइया ने इस कबड्डी कप के वास्ते बहुत बहुत शुक्रिया बलजिंदर नंबरदार कबड्डी पाना हुआ है भाई वाहोर के वास्ते तो नौजवान देखते भी किया चार साहब की धरती का हल्की की कोशिश करता हुआ सफलता कदम चुंडी है ताबिया के एक पॉइंट का वाधा एबस फोर्ड अकैडमी संगरूर के वास्ते होंगे हुआ मनजोत सिंह कहने भी कबड्डी पाया हुआ सिखी सूद पई हुई कबड्डी है रणिके वाला काजू कहने भी रणकेश्वर मंदिर दुनिया में मशहूर है रणिके की धरती का जिले संगरूर की धरती का एक काजू है बड़ा तकड़ा याफी है
ਵਾਜਵਾ ਪਿੰਡ ਜੱਖਲਾਂ ਵਿਖੇ ਸ਼ਾਨਦਾਰ ਕਬੱਡੀ ਕੱਪ 25 ਤੇ 26 ਤਰੀਕ ਨੂੰ ਕਰਵਾਇਆ ਜਾਵੇਗਾ ਜਿਹਦੇ ਸਾਰੇ ਪ੍ਰਾਈਜ਼ ਬਾਈ ਬਾਬਲੂ ਯੂਐਸਏ ਸੀਪਾ ਯੂਐਸਏ ਐਂਡ ਜੱਸਾ ਆਸਟ੍ਰੇਲੀਆ ਇਹਨਾਂ ਦੇ ਵੱਲੋਂ ਸਵਰਗੀ ਸਰਦਾਰ ਗੁਰਦੇਵ ਸਿੰਘ ਗਿੱਲ ਹੋਰਾਂ ਦੀ ਯਾਦ ਵਿੱਚ ਦਿੱਤੇ ਜਾਣੇ ਆ ਉਹਨਾਂ ਦੇ ਸਤਿਕਾਰਯੋਗ ਦਾਦਾ ਜੀ ਦੀ ਯਾਦ ਵਿੱਚ ਦਿੱਤੇ ਜਾਣੇ ਆ ਬਹੁਤ ਬਹੁਤ ਧੰਨਵਾਦ ਆਲ ਓਪਨ ਦੇ ਮੈਚ ਹੋਣਗੇ ਆ 26 ਤਰੀਕ ਨੂੰ ਸਾਰੀਆਂ ਟੀਮਾਂ ਦੇ ਲਈ ਖੁੱਲ੍ਹਾ ਸੱਦਾ ਬਾਜਵਾ ਟਿੰਕੂ ਦਿਲ ਦੇ ਸਰਪੰਚ ਸਾਹਿਬ ਸੰਤੋਖਪੁਰੇ ਵਾਲੇ ਉਹਨਾਂ ਵੱਲੋਂ ਵੀ ਉਸ ਕਬੱਡੀ ਕੱਪ ਦੇ ਵਾਸਤੇ ਵੱਡਾ ਸਹਿਯੋਗ ਹੋਵੇਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਦੀਪਾ ਪਿੰਡ ਬਲ ਨਾਓ ਧਰਤੀ ਮਾਂ ਨੂੰ ਮੱਥਾ ਟੇਕਿਆ ਤੇ ਕਰਕੇ ਯਾਦਗਾਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਪੀ ਪਗੜ ਬਣਾਈ ਹੈ ਲਾਉ ਰੇਡਰ ਦੀ ਉਹ ਬਰੇਕ ਜਿੱਥੇ ਰੇਡਾਂ ਪੈਂਦੀ ਹੈ ਧਰਤੀ ਵਿੱਚ ਪੈਂਦੇ ਸੇਕ ਆ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਆ ਵੇਖ ਮੈਚ ਉਹਨੇ ਆਖਰ ਜਿੱਤਣਾ ਉਹ ਜਿਹਦੇ ਜਿੱਤ ਲਿਖੀ ਵਿੱਚ ਲੇਖ ਮੈਚ ਉਹਨੇ ਆਖਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਵਾਜਵਾ ਸਾਡੇ ਬਾਈ ਬਾਬਲੂ ਯੂਐਸਏ ਸੀਪਾ ਯੂਐਸਏ ਨਾਲ ਜੱਸਾ ਆਸਟ੍ਰੇਲੀਆ ਧਰਮਿੰਦਰ ਦੁਲਟ ਉਹਨਾਂ ਵੱਲੋਂ 11 ਸਨਮਾਨ ਮਾਂ ਬੋਲੀ ਪੰਜਾਬੀ ਦੇ ਵਾਸਤੇ ਹੋਰ ਪੁੱਜਿਆ ਬਹੁਤ ਬਹੁਤ ਧੰਨਵਾਦ ਬਾਈ ਸੁਖਜੀਤ ਦੇ ਨਾਲ ਸਾਡਾ ਵੀਰ ਲਗਾਤਾਰ ਇਸ ਫੋਨ ਕਾਲਜ ਦੇ ਜ਼ਰੀਏ ਜੁੜਿਆ ਨਾਲੇ ਲਾਈਵ ਤੱਕ ਰਿਹਾ ਨਾਲੇ ਕਿ ਫੋਨ ਤੇ ਵੀ ਲਗਾਤਾਰ ਜੁੜਿਆ ਹੋਇਆ ਕਿਉਂਕਿ ਜਦੋਂ ਵੀ ਗੱਲ ਕਰਦਾ ਜਿਹੜਾ ਜੱਫਾ ਵਧੀਆ ਲੱਗਦਾ ਉਸ ਵਾਸਤੇ ਮਾਣ ਕਰਦੇ ਹੋ ਹਾਂਜੀ ਸੋ ਸਾਡੇ ਕਲੱਬ ਦੇ ਪ੍ਰਧਾਨ ਬਾਈ ਗੁਰਸੇਵ ਸਿੰਘ ਸੇਬੀ ਜੀ ਸਨਮਾਨ ਕਰਨਗੇ ਬਾਈ ਗੁਰਬਖਸ਼ ਸਿੰਘ ਜੀ ਸਰਪੰਚ ਚੀਮਾ ਉਹਨਾਂ ਦੇ ਨਾਲ ਜੋ ਪੰਚਾਇਤ ਮੈਂਬਰ ਸਾਹਿਬਾਨ ਆਏ ਨੇ ਚਲੋ ਗੁਰਸੇਵ ਸਿੰਘ ਸੇਬੀ ਸਵਰਨ ਬਾਠ ਜੀ ਜਾਇਓ ਨਾਲ ਬਾਈ ਦੇ ਕੈਮਰਾਮੈਨ ਪਲੀਜ਼ ਕਮ ਔਨ ਦਾ ਸਟੇਜ ਹਾਂਜੀ ਬਾਈ ਗੁਰਸੇਵ ਸਿੰਘ ਸੇਬੀ ਇਸ ਕਲੱਬ ਦੇ ਪ੍ਰਧਾਨ ਨੇ ਸਨਮਾਨ ਕਰ ਰਹੇ ਨੇ ਗੁਰਬਖਸ਼ ਸਿੰਘ ਜੀ ਸਰਪੰਚ ਚੀਮਾ ਉਹਨਾਂ ਦੇ ਨਾਲ ਆਈ ਪੰਚਾਇਤ ਦਾ ਸੋ ਧੰਨਵਾਦ ਕਰਦਾ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਪਲੀਜ਼ ਮਾਫੀ ਮੰਗਦੇ ਹਾਂ ਸਵਰਨ ਸੰਧੂ ਵੀਰੇ ਪਲੀਜ਼ ਤੈਨੂੰ ਪਤਾ ਹੀ ਹੈ ਹਾਂਜੀ ਸਨਮਾਨ ਦੇ ਰਹੇ ਨੇ ਗੁਰਬਖਸ਼ ਸਿੰਘ ਜੀ ਸਰਪੰਚ ਚੀਮਾ ਉਹਨਾਂ ਨੂੰ ਸਾਡੇ ਕਲੱਬ ਦੇ ਪ੍ਰਧਾਨ ਬਾਈ ਗੁਰਸੇਵ ਸਿੰਘ ਕਾਂਜਲਾ ਨਾਲ ਬਾਈ ਸਾਡਾ ਸਵਰਨ ਬਾਠ ਹਾਂਜੀ ਬਲਵਿੰਦਰ ਸਿੰਘ ਸਰਪੰਚ ਜੱਖਲਾਂ ਵਾਲੇ 2100 ਰੁਪਏ ਦੀ ਮਾਲੀ ਮਦਦ ਮਨਜੀਤ ਸਿੰਘ ਜੀ ਚੌਂਦਾ ਇਹਨਾਂ ਦੇ ਵੱਲੋਂ ਵੀ 2100 ਧੰਨਵਾਦ ਜੀ ਆਇਆਂ ਕੇਵਲ ਬਾਈ ਸਾਡੇ ਲੰਬੜਦਾਰ ਸਾਹਿਬ ਇਹ ਪੁੱਜੇ ਨੇ ਇਹਨਾਂ ਨੂੰ ਵਜੀਆਂ ਬਈ ਦਰਸ਼ਕ ਵੀਰੋ ਇੱਕ ਵਾਰੀ ਫਿਰ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਵੇਰ ਦੇ ਪਤਾ ਨਹੀਂ ਤੁਸੀਂ ਰੋਟੀ ਪਾਣੀ ਬਿਨਾਂ ਇੱਥੇ ਖੜ੍ਹੇ ਹੋ ਤੁਹਾਡਾ ਇੱਥੇ ਆਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਅਤੇ ਸੰਧੂ ਬ੍ਰਦਰ ਜੀ ਵੱਲੋਂ ਅਤੇ ਕਲੱਬ ਵੱਲੋਂ ਜੀ ਆਖਦਾ ਇਕੱਲੇ ਇਕੱਲੇ ਆਏ ਹੋਏ ਦਰਸ਼ਕ ਵੀਰ ਦਾ ਐਂ ਨਾ ਸਮਝੋ ਵੀ ਤੁਹਾਡਾ ਨਾਂ ਨਹੀਂ ਬੋਲਿਆ ਗਿਆ ਤੁਹਾਡਾ ਨਾਂ ਉੱਧਰ ਦੇਖਦੇ ਆ ਸਰਦਾਰ ਨਰਿੰਦਰ ਸਿੰਘ ਪਰ ਸੁੱਖੀ ਜੀ ਇਸ਼ਾਰਾ ਕਰਦੇ ਹੋਏ ਕਿ ਪੁਆਇੰਟ ਜਿਹੜਾ ਧਾਵੀਆਂ ਦੇ ਵਾਸਤੇ ਹੈ ਫੰਕਸ਼ਨ ਜਲਬੇ ਵਾਲਾ ਕਹਿੰਦੇ ਵੀ 102 ਮੋਟਰਸਾਈਕਲ ਜਿੱਤੇ ਹੈ ਨਾਲ ਨੈਨੋ ਗੱਡੀ ਵੀ ਜਿੱਤੀ ਇਸ ਵਾਰ ਇੱਧਰ ਸਵਰਨਾ ਬਾਠ ਪੁੱਜਿਆ ਰਾਜੂ ਦਾ ਵੀਰ ਪ੍ਰਵਾਨ ਦਾ ਮਿਲ ਰਹੀਏ ਮਨਜੀਤ ਪ੍ਰਵਾਨ ਦਾ ਵੀਰ ਹੈ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਵਾਸਤੇ ਧੰਨਵਾਦ ਕਰਦੇ ਹਾਂ ਅਰਸ਼ਦੀਪ ਸਿੰਘ ਕਾਲੇ ਬੂੜੇ ਵਾਲਾ ਕਬੱਡੀ ਪਹਿਲਾ ਹੋਇਆ ਉੱਧਰ ਦੇਖਦੇ ਵੀ ਨੌਜਵਾਨ ਕਾਕਾ ਚਾਰ ਸਾਹਿਬ ਦੀ ਧਰਤੀ ਦਾ ਜੋ ਰਾਮਗੜ੍ਹ ਸਰਦਾਰਾਂ ਦੀ ਧਰਤੀ ਦਾ ਨਾਲੇ ਕਿਹੜੇ ਵੀ ਲੱਭ ਲਈ ਹੈ ਸਹੇਲੀ ਵਾਲਾ ਜੱਟ ਗੜੀ ਵਾਲਾ ਇੱਕ ਬੰਨੇ ਲੱਭ ਲਈ ਦੂਜੇ ਬੰਨੇ ਅਰਸ਼ ਵੱਡੇ ਮਾਣ ਵਾਲੀ ਗੱਲ ਹੋਵੇਗੀ ਜੇਕਰ ਜੱਫਾ ਲੱਗਿਆ ਰੇਲਾ ਰੋਕਣ ਵਾਲੀ ਗੱਲ ਹੈ ਤਾੜੀਆਂ ਮਾਰਦੇ ਹੋ ਢੀਮੇ ਦਾ ਸਪੁੱਤਰ ਸਹੇੜੀ ਵਾਲੇ ਦਾ ਰੂਪਨਗਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਬਾਠ ਵੀ ਰੱਖਦਾ ਕਿ 100 ਰੁਪਏ ਦੇ ਮਾਣ ਇਸ ਖਿਡਾਰੀ ਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਲਓ ਰਾਜੂ ਕੋਟੜੇ ਵਾਲਾ ਕਬੱਡੀ ਪੈਦਾ ਹੋਇਆ ਦਰਸ਼ਨ ਦਿਲਬੇ ਵਾਲਾ ਵਿਚਕਾਰੋਂ ਡਬਲ ਟੱਚ ਟੈਕਨੀਕਲ ਪੁਆਇੰਟ ਚਲਾਕੀ ਦਾ ਹੁਸ਼ਿਆਰੀ ਦੇ ਨਾਲ ਕਿ ਚੁਸਤ ਚਲਾਕੀ ਗੁੰਡਾਗਰਦੀ ਤਿੰਨੋਂ ਕੰਮ ਹੁਸ਼ਿਆਰੀ ਦੇ
दूरों दूरों चल के आ गए आशक खेड़ प्यारी दे भाई दूरों दूरों चल के आ गए आशक खेड़ प्यारी दे कबड्डी दे आशक पुजे है कबड्डी दे परवाने पुजे है कबड्डी दे परवाने पुजे है धन्यवाद है संधु भरावां वल्लों तुहाडे चरणां दी धूल है लाओ काका चार साहिब दी धरती दा ते दूसरे बन्ने कपियाल वाला नंबर दार तकड़ा यफा काका चार साहब वाला लाके अपनी टीम लई शानदार अंक दा वादा करदा हो ला जी साडा रात स्मरना बात आखदा है कि सैमी पहले मैचा दे विच जरा लड़कियों का शो मैच होगा धन्यवाद फाइनल मैच तो पहला लड़कियों का शो मैच खेडे जाएगा भारत की टीम के वास्ते वर्ल्ड कप खेडू खिलाड़ना साढ़े दरम्यान पूजी है उन्होंने जरा शो मैच है फाइनल मैच तो पहला खेडा जाएगा अच्छा जी फाइनल तो पहला 40 साल का सैमी तो पहला लड़कियों का शो मैच थैंक यू साडा वीर है दीपा बालना वाला करंबी पाके वापस परते जिन्हें 10 रुपए के लकी कूपन के लिए अपनी किस्मत अजमानी है हैप्पी धूरी पिंड वाला लखविंदर लाडी और ताला वाला कबड्डी पाउंदा होया बब्बर शेरा ने भी के खेडनी कबड्डी दुद्ध डायरी नहीं पाईदा तो बाग विच पैंदा छड़ना निकल जाईदा जे हार विच सैनी पैंदी टप्पा वाली मार मित्रो सौखा बनना नहीं कबड्डी का स्टार मित्रो सौखा बनना नहीं कबड्डी का स्टार मित्रो सौखा नहीं स्टार बनना कबड्डी का जिगरे की खेड है दलेरी की खेड है मेरी होश ते खोश ते जोश की खेड है ना खेड कबड्डी वही खेडूगा जिन्हें हिग च जोर है जिन्हें पत्ता च जोर है जिन्हें कहने भी दौलिया च जोर है खेडण योरा नाल कबड्डी पुत सरदारा दे भाई खेडण योरा नाल कबड्डी पुत सरदारा दे राज चोट दरबे वाला उधर फिर लाबली पिंड सहेड़ी दी धरती दा अपने समय दे प्रसिद्ध मरहूम कबड्डी खिलाड़ी बलविंदर भीमे दा सपुत्र मिल रही है इस समय शानदार जफा ला गए शानदार जफा ला गए अगलिया टीम जल्दी खेल मैदान में पुजन गई है अगले मैच दिया दोनों टीम हीरो झाड़ो तो मोहाली शहीद जथेदार बाबा हनुमान सिंह अकैडमी मोहाली दिया टीम जड़िया अगले मैच लिए श्री गुरु तेग बहादुर अकैडमी हीरो झाड़ो तो शहीद जथेदार बाबा हनुमान सिंह अकैडमी मोहाली दी टीम अगले मैच लिए खेल मैदान में पुजन गई लो उधर लवली है जाट गरी की धरती है नाले जोत रामगढ़ सरदारा की धरती है नाले कहने भी काका चार साहब की धरती है चौ याफी के विचों देखेंगे अंश के नाल मुकाबला हो गया कि पेचे पै गए नाल बगाने पता लग जू बिच मदाने पैदे ने अज वेखो मुल खुराकां खाधियां दे आ कौडी कौडी करदे फिरदे पुत पंजाबियां दे मोड स्प्रे भेज दो जी ग्राउंड में मोड स्प्रे धन्यवाद सारे दर्शकों का सारे प्रबंधकों का भाई बबलू यूएसए वालों सीपे गिल वालों दस ऑस्ट्रेलिया वालों एक बने रानी का छोटा वीर सत्ती दिलबे वाला सरदार नरेंद्र सिंह कमान का सपुत्र मेरे भी हो ते दूजे बने माशी वाली हो मनजोत सिंह गिल भाई भाव गबरूआ सदके दामा सदके दामा सोहनी खेड के बस सोहनी खेड कबड्डी भी बस सोहनी खेड कबड्डी भी गबरू दो शालिश पीले ने चुस्त तो फरतीले ने दौड़ते जो पीले ने रफ्तार च नहीं कबड्डी भी बस सोहनी खेड कबड्डी भी बस सोहनी खेड कबड्डी भी सोहनी खेड टिंकू धन्यवाद लड्डे वाला हाल भाई कुलदीप आरतिया जी साडे ककर वाली उन्होंने बिना भी धन्यवाद क्लब के सरप्रस्त भाई अनुभव सिंगला जी नाले भाई धर्मेंद्र दोलटो सारे बबलुआ के भूआ जी के सपुत्र ने सीपुर भी धन्यवाद है सरपंच साहब संतोखपुरा नाले साढ़े सत्कार वीर भाई बलदेव सिंह जी मान सरपंच धूरी पिंड क्लब के प्रधान भाई सेठी कांदला जी नाले साढ़े सत्कार हरदीप सिंह जी स्पार्किंग मानयोग बलविंदर सिंह जी सरपंच साबका जखणा उन्हां वल्लों 2100 रुपया क्लब नूं मनजीत सिंह जी चीमा उन्हां वल्लों भी 2100 रुपया
गुरपाल सिंह जी गैंजासी वाले उन्होंने वालों 5500 रुपया वो साडे विचकार 40 मिनटां विच पहुंच रहे हैं। नाल ही सरबजीत सिंह जी पीए अरविंद खन्ना MLA धूरी उन्होंने नाल सीनियर कांग्रेसी आगू संदीप सिंगला जी वह भी साडे विचकार पहुंच रहे हैं। हाँ जी संधु साहब स्प्रे ऑस्ट्रेलिया धर्मेंद्र सिंह दोईटो 3 लाख रुपया इस कबड्डी कप के वास्ते नाल कह भी जखड़ा ने कबड्डी कप के लिए सारे जो प्राइज है वह भी इन्हों वीर वाले दिते जाने हैं। साडे सत्कारयोग वीर डॉक्टर हर भगवान सिंह जी चीमा जिला सीनियर मीत प्रधान ने श्रोमणी अकाली दल बादल सगरूर उन्होंने वालों मां बोली पंजाबी के वास्ते 200 रुपए के वड्डे मान पुजे है डॉक्टर हर भगवान जी चीमा वाले थैंक यू। दीपा पिंड बल नौ की धरती का कबड्डी पाया हो कहे भी अज भी मोटरसाइकिल के नाल इस धरती से सम्मान होगा। बप्पल वालों मनवीर औदले वालों राजू गगड़पुर वालों गुरजीत मांगट कुबिया वालों बलराज संघा कलेड़ा वालों सीता तरखाण बद वालों मनवीर इस खिलाड़ी का मोटरसाइकिल के नाल सम्मान होगा। लो राजू कोट का परी की धरती का कबड्डी पाया हो उधर रणिया दड़बे वाला प्रसिद्ध याफी है मेरे भी कदे बप्पल की टीम लई कनेडा खेडे है अज देख भी नौजवान एवस फोर्ड बप्पल की टीम वास्ते शानदार कोशिश करता हुआ पलवान वाले साडा बिट्टू वीर पुजे है ते नाले दर्शी वीर पुजे ने धन्यवाद करदे हैं ते पुजन दे जीआं नूं आखदे हैं। सो अगला मैच जिहड़ा शहीद बाबा जथेदार शहीद बाबा हनुमान सिंह अकैडमी मोहाली ते श्री गुरु तेग बहादुर अकैडमी हीरो चाड़ो ये टीम ग्राउंड के आ जाए बाजी बा उधर देखते भी नौजवान बलजिंदर सिंह नंबरदार को शांत जफा लाने की पूरी जीदारी कोशिश करता हुआ देखेंगे इस लगे जफे का मुल पवेगा जाता है गड़ी वाला यह शानदार जफा लाता हुआ मालवा क्लबे समराले की टीम वास्ते लो अगली कबड्डी देखते भी लखविंदर सिंह लाडी खेड मैदान में पाता हो सोहनी खेड खेडी जा रही है मेरे भीरो स्वाद आ रहा तस्वीर जे वधिया लग रहा है एक जोर का ताड़ी मार दो तस्वीर जे अज का कबड्डी का वधिया लग रहा है एक ताड़ी प्लीज जरूर मार दो बहुत बहुत शुक्रिया थैंक यू मेहरबानी। दीपा बल नौ वाला कबड्डी पाता हो लाबी बाई गुरजीत सिंह कांगले लाली सरदार ए ताकत ने सामने बल नौ की धरती का दीपा कबड्डी पा रहे हो कबड्डी 365.com तो साडा वीर उधर मेरे सुखा कैमरे कमाता हुआ है धन्यवाद है इधर काका चार सर की धरती का दूसरे बने दीपा बल नौ वाला पॉइंट अपनी टीम जोड़ता हुआ है। साढ़े मानयोग गुरपाल सिंह जी गैंसी वाले जिन्हों वालों इतने लगभग 13-14 गैस सिलेंडर लागे ने वह भी इन्होंने वालों आ 5500 रुपए का नगद योगदान दिता गया वो साढ़े विचकार पहुंचे ने असी क्लब वालों उन्होंने जिया आखते हैं तो धन्यवाद करते हैं कि रुझेव्या भरी जिंदगी चो टाइम कट के साडे विचकार पहुंचे ने मानयोग गुरपाल जी गैंसी वाले। हाँ जी वीर उधर हरबंस कोच भी पहुंच गए हैं धन्यवाद कर रहे हैं कोच साहब हरबंस जी जी ने आख्या जाने थैंक यू। लो अर्श कबड्डी पाया हो साडा वीर भाई बिट्टू बेलने वाला कबड्डी 0001 के जरिए मां खेड़ कबड्डी की अपडेट कर रहे हैं बिट्टू बेलने वाला वह भी धन्यवाद करते हैं भावे कबड्डी वाईफाई की गल हो भावे कबड्डी मेरी जिंद जान की भावे कबड्डी कबड्डी 30 सेकंड की या फिर कभी संधु भरावान कबड्डी पेज कबड्डी हीरोज की गल हो लगातार इस कबड्डी दाजिया से सच्चिया खबर मिल रही है रूबरू करते हैं धन्यवाद कबड्डी हीरोज पेज के जरिए असं भी तुम्हारी सेवा कर रहे हैं तो नाल मां खेड़ कमेंट्री के जरिए रूबरू होंगे धन्यवाद रसम अदा कर रहे हैं क्लब के सरप्रस्त बलदेव मान जी उन्होंने नाल क्लब के सीनियर मीतान स्वर्ण बाड़ जी गुरपाल गैंजासी वाले दे बैज लाने की रस्म अदा कर रहे हैं। हाँ जी स्वर्ण जी बाजी लादा करा फिर गेड़ा दे दे
ਰਾਜ ਚੋਰ ਦਰਬੇ ਵਾਲਾ ਕਬੱਡੀ ਪਾਉਂਦਾ ਹੋਇਆ ਬਾਈ ਬਾ ਤੇ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਅੱਜ ਕਹਿੰਦੀ ਰੋੜਾਂ ਤੋਂ ਕਰੋੜਾਂ ਦੀ ਹੋ ਚੁੱਕੀ ਹੈ ਤਰੱਕੀਆਂ ਕੀਤੀਆਂ ਕਿ ਬਦਲਦੇ ਹੋਏ ਸਮੇਂ ਦੇ ਨਾਲ ਲੋਕੋ ਮਾਂ ਖੇਡ ਕਬੱਡੀ ਨੇ ਤਰੱਕੀਆਂ ਕੀਤੀਆਂ ਇੱਧਰ ਜੋਤ ਹੈ ਰਾਮਗੜ੍ਹ ਸਰਦਾਰਾਂ ਵਾਲਾ ਤੇ ਰਾਜ ਚੋਰ ਦੇ ਆਪਣੀ ਟੀਮ ਦੇ ਵਾਸਤੇ ਸ਼ਾਨਦਾਰ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਦੇਸੀ ਖੇਡ ਬਜ਼ੁਰਗਾਂ ਦੀ ਲੋਕੋ ਕਰ ਗਈ ਬੜੀ ਤਰੱਕੀ ਦੁਨੀਆਂ ਦੇ ਹਰ ਕੋਨੇ ਇਹ ਤਾਂ ਜਾਵੇ ਤੁਰਾ ਪੱਟੀ ਤੇ ਕਦੇ ਖੇਡ ਪਿਆਰੀ ਏ ਬਜ਼ੁਰਗਾਂ ਖੇਡੀ ਨਾਲ ਸੀ ਚਾਵਾ ਕੁਝ ਸਮਾਨ ਹੀ ਮਿਲਦਾ ਸੀ ਬਹੁਤਾ ਮਿਲਦਾ ਨਹੀਂ ਸੀ ਨਾਵਾਂ ਸ਼ੌਕ ਨਾਲ ਖੇਡਦੇ ਸੀ ਕਿਸੇ ਦੀ ਖੇਡ ਨਹੀਂ ਸੀ ਸ਼ੱਕੀ ਦੇਸੀ ਖੇਡ ਬਜ਼ੁਰਗਾਂ ਦੀ ਲੋਕੋ ਕਰ ਗਈ ਬੜੀ ਤਰੱਕੀ ਕਿ ਜਾਂਟੇ ਬਾਂਟੇ ਦੀ ਗੱਲ ਕਰੀਏ ਦੋਵਾਂ ਦੀ ਖੇਡ ਸੀ ਬੜੀ ਨਿਆਰੀ ਕਿਰਪਾਲ ਸਾਧ ਕਹਿੰਦੇ ਸੀਗਾ ਗੁੱਟ ਦਾ ਬੜਾ ਸ਼ਿਕਾਰੀ ਕੱਲਾ ਮੰਨਵੀ ਵਾਲਾ ਵੀ ਜਾਂਦਾ ਸੀਗਾ ਫੱਟੇ ਚੱਕੀ ਦੇਸੀ ਖੇਡ ਬਜ਼ੁਰਗਾਂ ਦੀ ਉਹ ਸੰਧੂਆ ਕਰ ਗਈ ਬੜੀ ਤਰੱਕੀ ਅੱਜ ਵੱਡੀਆਂ ਤਰੱਕੀ ਹੈ ਕਰੋੜਾਂ ਦੀ ਹੋ ਗਈ ਹੈ ਮਾਂ ਖੇਡ ਕਬੱਡੀ ਉੱਧਰ ਦੇਖਦੇ ਵੀ ਨੌਜਵਾਨ ਦੀਪਾ ਬਾਲਣਾ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ ਉਧਰ ਕਾਕਾ ਚਾਰ ਸਰ ਦੀ ਧਰਤੀ ਦਾ ਜੋ ਰਾਮਗੜ੍ਹ ਸਰਦਾਰਾਂ ਦੀ ਧਰਤੀ ਦਾ ਲਵਲੀ ਸਹੇੜੀ ਵਾਲਾ ਤੇ ਵਿਚਕਾਰੋਂ ਗੜੀ ਵਾਲਾ ਜੱਟ ਕੋਸ਼ਿਸ਼ ਕਰਦਾ ਹੋਇਆ ਸਫਲਤਾ ਕਦਮ ਚੁੰਮਦੀ ਹੈ ਸਤਾਵੀ ਦੇ ਇੱਕ ਅੰਕ ਦਾ ਵਾਧਾ ਆਪਣੀ ਟੀਮ ਲਈ ਹੁੰਦਾ ਹੋਇਆ ਚੱਲ ਵੀ ਲਖਵਿੰਦਰ ਸਿੰਘ ਲਾਡੀ ਅਗਲੇ ਧਾੜਾ ਬੋਲਦਾ ਹੋਇਆ ਉੱਥੇ ਬੱਬੂ ਆ ਚਨੇਲੀ ਵਾਲਾ ਨਾਲ ਸੱਤੀ ਹੈ ਨਾਲ ਦਰਸ਼ਨ ਦਿਲਬ ਹੈ ਨਾਲ ਇਹ ਬਣੀਆ ਮੇਰੀ ਸਰਦਾਰ ਨਰਿੰਦਰ ਸਿੰਘ ਘਮਾਣ ਦੇ ਸਪੁੱਤਰ ਹੈ ਘਮਾਣ ਪਰਿਵਾਰ ਦੇ ਹੈ ਦੇਖਾਂਗੇ ਦਰਸ਼ਨ ਦੇ ਨਾਲ ਮੁਕਾਬਲਾ ਪੁਆਇੰਟ ਲਖਵਿੰਦਰ ਸਿੰਘ ਲਾਡੀ ਉਹ ਟਾਲਾ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਅਰਸ਼ੀ ਕਾਲੇ ਬੂਲੇ ਵਾਲਾ ਕਹਿੰਦੇ ਵੀ ਏਸ਼ੀਅਨ ਅਥਲੀਟ ਵੇ ਮਾਸਟਰ ਘਮੰਡ ਸਿੰਘ ਜੀ ਮੇਰੀ ਉਹਨਾਂ ਦਾ ਦੋਤਾ ਇਹ ਅਰਸ਼ਦੀਪ ਸਿੰਘ ਲਾਡੀ ਕਾਲੇ ਬੂਲੇ ਵਾਲਾ ਏਸ਼ੀਅਨ ਵਿੱਚ ਨਾਮ ਚਾ ਕੀਤਾ ਅਥਲੈਟਿਕਸ ਦੇ ਖੇਤਰ ਦੇ ਵਿੱਚ ਮਿਲਦੀ ਹੈ ਅੱਜ ਕਹਿੰਦੇ ਵੀ ਧੂਰੀ ਦੀ ਧਰਤੀ ਦੇ ਵਾਸਤੇ ਪਲਾ ਸੌਰ ਵਾਲੇ ਘਮੰਡ ਸਿੰਘ ਜੀ ਉਹਨਾਂ ਦਾ ਦੋਤਾ ਅਰਸ਼ੀ ਕਬੱਡੀ ਪਾਉਂਦਾ ਹੋਇਆ ਟੈਕਨੀਕਲ ਪੁਆਇੰਟ ਤਾਬੀਆਂ ਦੇ ਵਾਸਤੇ ਜੁੜਦਾ ਹੋਇਆ ਗਰਮੇਲ ਕੋਚ ਜ਼ਿੰਦਗੀ ਦਾ ਪਰਮ ਮਿੱਤਰ ਹੈ ਵੱਡਾ ਵੀਰ ਹੈ ਦਿੜਬਾ ਅਕੈਡਮੀ ਦੇ ਕੋਚ ਸਾਹਿਬਾਨ ਨੇ ਉਚੇਚੇ ਤੌਰ ਤੇ ਪੁੱਜ ਗਏ ਧੰਨਵਾਦ ਕਰਦੇ ਹਾਂ ਜੀ ਨੂੰ ਆਖਦੇ ਹਾਂ ਲਓ ਉਧਰ ਦਿਲਦਰੀ ਹੈ ਸਮੇਂ ਬਰਿੰਦਰ ਕਬੱਡੀ ਪਾਉਂਦਾ ਹੋਇਆ ਰਣੀ ਹੈ ਦਿੜਬੇ ਵਾਲਾ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀਆਂ ਦੋਵੇਂ ਟੀਮਾਂ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਕੈਡਮੀ ਮੋਹਾਲੀ ਤੇ ਸ੍ਰੀ ਗੁਰੂ ਤੇਗ ਬਹਾਦਰ ਅਕੈਡਮੀ ਹੀਰੋ ਝਾੜੋ ਇਹ ਦੋਨੋਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣਗੀਆਂ ਤਾਂ ਦੇਖਦੇ ਵੀ ਦੀਪਾ ਬੱਲ ਨਾਂ ਵਾਲਾ ਕਬੱਡੀ ਪਾਉਂਦਾ ਹੋਇਆ ਬਾਬਾ ਦੀਪਾ ਕਿ ਨਿੱਕੇ ਨਿੱਕੇ ਨਾਂ ਤੇ ਦਿਲ ਵੱਡੇ ਵੱਡੇ ਆ ਖੇਡਦੇ ਮੈਦਾਨਾਂ ਵਿੱਚ ਝੰਡੇ ਨਾ ਗੱਡੇ ਆ ਦੇਖਦਾ ਜੋ ਰਾਮਗੜ੍ਹ ਸਰਦਾਰਾਂ ਵਾਲਾ ਤੇ ਇੱਧਰ ਦੀਪਾ ਬੱਲ ਨਾਂ ਵਾਲਾ ਵਾਹ ਓਏ ਸਦਕੇ ਜਾਣਾ ਬੱਬਰੂਆ ਸੁਖਵਿੰਦਰ ਸਿੰਘ ਜੀ ਮੀਟਾ ਹਰਦੀਪ ਸਾਡੇ ਸੀਨੀਅਰ ਮੀਤ ਪ੍ਰਧਾਨ ਅਮਨ ਹਰਚੰਦਪੁਰੀ ਦਵਿੰਦਰ ਮਾਨਾ ਸੁਖਦੀਪ ਸਿੰਘ ਗਿੱਲ ਜਖਲਾ ਧੰਨਵਾਦ ਤਰਮਿੰਦਰ ਜਖਲਾ ਬਾਈ ਬਬਲੂ ਵੱਲੋਂ ਸੀਤੇ ਵੱਲੋਂ ਬਲਦੇਵ ਸਰਪੰਚ ਧੂਰੀ ਪਿੰਡ ਅਨੁਭਵ ਸਿੰਗਲਾ ਜੀ ਨਾਲੇ ਤਰਮਿੰਦਰ ਦਿਲਟ ਸੌਰੀ ਮੰਗਲੀ ਹੈ ਆ ਗਲਤੀ ਹੋ ਗਈ ਹੈ ਕਹਿੰਦਾ ਥੈਂਕ ਯੂ ਸੋਹਣੀ ਖੇਡ ਹੈ ਥੈਂਕ ਯੂ ਸ਼ਾਹ ਬ੍ਰੇਕ ਹੈ ਜੀ ਮਾਨਯੋਗ ਮਾਸਟਰ ਹਰਵੰਤ ਸਿੰਘ ਜੀ ਸ਼ੇਰਪੁਰ ਵਾਲੇ ਬਹੁਤ ਵੱਡਾ ਸਿਆਸਤ ਦੇ ਨਾਂ ਆ ਇਹਨਾਂ ਦਾ ਬਹੁਤ ਹੀ ਸੀਨੀਅਰ ਅਕਾਲੀ ਆਗੂ ਨੇ ਮਾਸਟਰ ਹਰਵੰਤ ਸਿੰਘ ਜੀ ਸ਼ੇਰਪੁਰ ਉਹ ਸਾਡੇ ਵਿਚਕਾਰ ਪਹੁੰਚੇ ਨੇ ਅਸੀਂ ਇਹਨਾਂ ਨੂੰ ਜੀਆਂ ਆਖਦੇ ਹਾਂ ਮਾਸਟਰ ਹਰਵੰਤ ਸਿੰਘ ਜੀ ਸ਼ੇਰਪੁਰ ਹਾਂਜੀ ਵੀਰ ਰਾਜਬਾ ਮਾਸਟਰ ਹਰਵੰਤ ਸਿੰਘ ਜੀ ਸ਼ੇਰਪੁਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੜਕ ਜਰ ਨਾਲ ਧੰਨਵਾਦ ਕਰਦੇ ਹਾਂ ਅਕਸ਼ੇ ਧੂਰੀ ਪਿੰਡ ਲਾਡੀ ਸਾਡਾ ਵੀਰ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਵਾਸਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਮਾਸਟਰ ਹਰਵੰਤ ਸਿੰਘ ਜੀ ਪ੍ਰਧਾਨ ਨੇ ਜੋ ਸਿੱਖ ਬੁੱਧੀਜੀਵੀ ਮੰਚ ਦੇ ਸੋ ਉਹਨਾਂ ਦਾ ਇੱਥੇ ਪੁੱਜਣ ਤੇ ਕਲੱਬ ਦੀ ਤਰਫੋਂ ਜੀਆਂ ਆਖਦੇ ਹਾਂ ਮਾਸਟਰ ਹਰਵੰਤ ਸਿੰਘ ਜੀ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਉਹਨਾਂ ਦੇ ਬੈਚ ਲਗਾਉਣਗੇ ਬਾਈ ਸੀਪਾ ਜੱਖਲਾ ਜੀ ਉਧਰ ਬੈਚ ਆਮਦ ਦੀ ਰਸਮ ਅਦਾ ਹੋ ਰਹੀ ਹੈ ਤੇ ਨਾਲ ਹੀ ਪੰਜਾਬੀ ਪਹਿਰਾਵੇ ਦੇ ਨਾਲ
ਤਰਲੇ ਵਾਲੀ ਪੱਗ ਦੇ ਨਾਲ ਬਾਈ ਹਰਪ੍ਰੀਤ ਸੰਧੂ ਦੀ ਕਲਮੀ ਖੇਡ ਮੈਦਾਨ ਵਿੱਚ ਪੁੱਜ ਰਹੇ ਹੋ। ਧੰਨਵਾਦ ਕਰਦਾ ਜੀਆਂ ਨੂੰ ਆਖਦਾ ਬਾਬਲੂ ਜੂਐਸਏ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਪਿੰਡ ਜੱਖਲਾਂ ਦੇ ਪਤਵੰਤ ਸੱਜਣਾਂ ਦਾ ਜਿਨ੍ਹਾਂ ਦੇ ਵਿੱਚੋਂ ਸਾਡੇ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਜੱਖਲਾ, ਸ਼ਮਸ਼ੇਰ ਸਿੰਘ ਜੀ ਪੰਚ, ਹਾਕਮ ਸਿੰਘ ਜੀ ਸਾਬਕਾ ਸਰਪੰਚ, ਜਗਦੇਵ ਸਿੰਘ ਜੀ ਪੰਚ, ਹਰਦੀਪ ਸਿੰਘ ਜੀ, ਬੀਰਬਲ ਸਿੰਘ ਜੀ ਪੰਚ, ਪ੍ਰਤਾਪ ਸਿੰਘ ਜੀ, ਸਰਬਜੀਤ ਸਿੰਘ ਜੀ, ਅਮਰੀਕ ਸਿੰਘ ਜੀ ਸਾਬਕਾ ਸਰਪੰਚ, ਪਰਮਜੀਤ ਸਿੰਘ ਜੀ ਪੰਚ, ਅਵਤਾਰ ਸਿੰਘ ਜੀ ਪੰਚ, ਜਗਦੇਵ ਸਿੰਘ ਜੀ ਗਿੱਲ, ਗੁਰਜੀਤ ਸਿੰਘ ਜੀ ਗਿੱਲ, ਕਾਕਾ ਝਾੜ ਸਾਹਿਬ ਦੀਪੇ ਬਲ ਨੂੰ ਬਲ ਨੌ ਬਾਲੇ ਨੂੰ ਸ਼ਾਨਦਾਰ ਜਫਾ ਲਾ ਕੇ ਬੱਲੇ ਬੱਲੇ ਕਰਵਾਵੇ। ਭਰਪੂਰ ਸਿੰਘ ਜੀ ਗਿੱਲ, ਬਲਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਗੁਰਪ੍ਰੀਤ ਡੋਗੀ, ਪਰਮਜੀਤ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਮੀਟਾ ਜੱਖਲਾ ਟਰਾਂਸਪੋਰਟਰ, ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ, ਦੀਦਾਰ ਸਿੰਘ ਜੀ, ਆ ਸੁਖਨੈਬ ਸਿੰਘ ਜੀ, ਲਾਲੀ ਜੱਖਲਾ, ਜਗਸੀਰ ਜੱਖਲਾ, ਨਾਲੇ ਆਮਨਾ ਗਿੱਲ, ਭਿੰਦੀ ਗਿੱਲ, ਰਾਜੀ ਗਿੱਲ, ਬਾਗਲੀ ਗਿੱਲ, ਹਰਬਿੰਦ ਗਿੱਲ ਐਂਡ ਕਾਲਾ ਗਿੱਲ, ਸਾਰੇ ਜੱਖਲਾ ਤੇ ਪਤਵੰਤ ਸੱਜਣ ਪੁੱਜੇ ਸਾਡੇ ਬਾਈ ਸੰਦੀਪ ਸੀਪੇ ਵੱਲੋਂ, ਬਾਬਲੀ ਜੂਐਸਏ ਵੱਲੋਂ, ਜੱਸੇ ਆਸਟ੍ਰੇਲੀਆ ਵੱਲੋਂ ਧੰਨਵਾਦ। ਸਾਡੇ ਨੌਜਵਾਨ ਵੀਰ ਲੁੱਕਾ ਧੂਰੀ ਪਿੰਡ ਵਾਲੇ ਵਰਿੰਦਰ ਧੂਰੀ ਜੀ ਸਾਡੇ ਵਿਚਕਾਰ ਪਹੁੰਚੇ ਨੇ, ਅਸੀਂ ਉਹਨਾਂ ਨੂੰ ਜੀਆਂ ਆਖਦੇ ਹਾਂ ਤੇ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਰਿਸ਼ਤ ਧੂਰੀ ਦਾ ਸਨਮਾਨ ਹੋ ਰਿਹਾ, ਉਹਨਾਂ 'ਚ ਸਨਮਾਨ ਕਰਨਗੇ ਕਲੱਬ ਦੇ ਪ੍ਰਧਾਨ ਗੁਰਸੇਵ ਸਿੰਘ ਜੀ। ਤਾੜੀਆਂ ਮਾਰਦੇ ਦਰਸ਼ਕ ਵੀ ਬਿੱਕੀ ਘਨੌਰ ਖੇਡ ਮੈਦਾਨ ਵਿੱਚ ਪੁੱਜ ਗਿਆ, ਨਾਲੇ ਕਿਹੜੇ ਵੀ ਸੋਨੂੰ ਵੀ ਪੁੱਜ ਗਿਆ, ਨਾਲੇ ਬਣੀ ਸਮਾਲੇ ਵਾਲਾ ਲਗਾਤਾਰ ਕਿਹੜੇ ਵੀ ਦੋ ਬੁਲਟ ਮੋਟਰਸਾਈਕਲ ਜਿੱਤਿਆ ਇਸ ਖਿਡਾਰੀ ਨੇ, ਧੰਨਵਾਦ ਕਰਦੇ ਹਾਂ। ਮਾਲਵਾ ਸਪੋਰਟ ਕਲੱਬ ਦਾ ਸਨਮਾਨ ਹੋ ਰਿਹਾ, ਮੀਰੀ ਬੀਰੀ ਕਲੱਬ ਵੱਲੋਂ ਸਨਮਾਨ ਕਰ ਰਹੇ ਨੇ ਕਲੱਬ ਦੇ ਪ੍ਰਧਾਨ ਗੁਰਸੇਵ ਸਿੰਘ ਜੀ, ਸੇਬੀ ਕਾਂਜਲਾ ਜੀ, ਗੁਰਪਾਲ ਗੈਂਜੰਸੀ ਵਾਲੇ, ਮੀਤ ਪ੍ਰਧਾਨ ਲਾਡੀ ਜੀ, ਸਰਪ੍ਰਸਤ ਬਲਦੇਵ ਸਿੰਘ ਜੀ ਧੂਰੀ ਪਿੰਡ ਨੀਟਾ ਜੀ, ਤੇ ਅਗਲਾ ਸਨਮਾਨ ਹੋ ਰਿਹਾ ਗੁਰਪਾਲ ਜੀ ਗੈਂਜੰਸੀ ਵਾਲੇ, ਜਿਨ੍ਹਾਂ ਵੱਲੋਂ 5500 ਦਾ ਯੋਗਦਾਨ ਦਿੱਤਾ ਗਿਆ ਉਹਨਾਂ ਸਨਮਾਨ ਕਰਨਗੇ। ਲਾਡੀ ਭਲਵਾਨ ਜੀ ਅਕਸੇ ਵੀਰ, ਦੋਵਾਂ ਦੀ ਸੋਹਣੀ ਜੋੜੀ ਆ, 71,000 ਦੇ ਯੋਗਦਾਨ ਦੇ ਨੇ, ਇਹ ਸਨਮਾਨ ਕਰ ਰਹੇ ਨੇ ਅਕਸੀ ਜੀ ਤੇ ਲਾਡੀ ਜੀ, ਗੁਰਪਾਲ ਗੈਂਜੰਸੀ ਵਾਲਿਆਂ ਦਾ ਸਨਮਾਨ ਕਰ ਰਹੇ ਨੇ ਜੀ, ਜਿਨ੍ਹਾਂ ਨੇ 5500 ਦਾ ਬਹੁਤ ਵੱਡਾ ਯੋਗਦਾਨ ਦਿੱਤਾ। ਹਾਂ ਸਵਰਨ ਵੀਰ, ਹਾਂਜੀ, ਥੈਂਕ ਯੂ। ਖੇਡਾਂ ਪਿੰਡ ਘਰਾਚੋ ਦੀਆਂ 5-6 ਅਪ੍ਰੈਲ ਕਬੱਡੀ ਓਪਨ ਦੇ ਲਈ 51,000 ਤੇ 41,000 ਰੁਪਏ ਪ੍ਰਾਈਜ਼ ਹੋਵੇਗਾ। ਵੈਸ ਟ੍ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦੇ ਉੱਤੇ ਜਾਣਗੇ। 5 ਤੇ 6 ਤਰੀਕ ਹੈ ਘਰਾਚੋ ਦੇ ਕਬੱਡੀ ਕੱਪ ਦੀ, ਉੱਥੇ ਵੀ ਸੰਧੂ ਭਰਾਵਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸੱਦਿਆ, ਮੋਟਰਸਾਈਕਲ ਹੋਣਗੇ ਵੈਸ ਟ੍ਰੇਡਰ ਤੇ ਜਾਫੀ ਦੇ ਵਾਸਤੇ। ਕੱਲ੍ਹ ਨੂੰ ਸੱਦੇ ਦੇ ਕੇ ਜਾਂਦੇ ਹੈ, ਕਹਿੰਦੇ ਵੀ ਧਮੋੜ ਦੀ ਧਰਤੀ ਹੈ, ਜ਼ਿਲ੍ਹੇ ਲੁਧਿਆਣੇ ਦੀ ਧਰਤੀ ਹੈ, ਕਹਿੰਦੇ ਵੀ 8 ਅਕੈਡਮੀ ਆ, ਇਹੀ ਭਿੜਦਗੀ ਆ ਮੇਰੀ ਧਮੋੜ ਦੇ ਗਰਾਊਂਡਾਂ ਦੇ ਵਿੱਚ। ਕੱਲ੍ਹ ਨੂੰ ਉੱਥੇ ਵੀ ਆਪਾਂ ਇਸ ਤਰ੍ਹਾਂ ਪੁੱਜਣਾ। ਬੱਬੂ ਆ ਝਨੇੜੀ ਵਾਲਾ, ਮਨਜੋਤ ਸੋਰੀ ਰਾਜੂ ਕੋਟੜੇ ਵਾਲੇ ਨੂੰ ਇਸ ਸਮੇਂ ਜਿਹੜਾ ਵੀ ਬੱਬੂ ਝਨੇੜੀ ਵਾਲਾ ਸ਼ਾਨਦਾਰ ਜਫਾ ਲਾਉਂਦਾ ਹੋਇਆ, ਦੀਪਾ ਪਿੰਡ ਬਲ ਨਾਓ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾ ਰਹੇ ਹਾਂ। ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਜੋ ਵਿਚਕਾਰ ਦੀ ਸੇਜ ਤੇ ਬੈਠੇ ਨੇ, ਹੱਥ ਜੋੜ ਕੇ, ਇੱਥੇ ਸਾਊਂਡ ਲੱਗਣਾ ਅਲਫਾਜ਼ ਜੀ ਸਾਡੇ ਕੋਲ ਪਹੁੰਚਣ ਵਾਲੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵਿਚਾਲ ਦੀ ਸਟੇਜ ਖਾਲੀ ਕਰ ਦਿਓ, ਸਾਊਂਡ ਵਾਲਿਆਂ ਨੇ ਸਾਊਂਡ ਲਾਉਣਾ, ਹੱਥ ਜੋੜ ਕੇ ਬੇਨਤੀ ਆ ਵੀਰੇ ਤੁਹਾਨੂੰ। ਚੱਲ ਵੀ ਬਰਿੰਦਰ ਸਨਮਾਨ ਜਗਤਾਰ ਸਿੰਘ ਜੀ ਕਲੇਅਰ ਦਾ ਕਲੱਬ ਵੱਲੋਂ ਹੋਣਾ, ਜਗਤਾਰ ਸਿੰਘ ਜੀ ਕਲੇਅਰ ਦਾ, ਸਵਰਨ ਸੰਧੂ ਜੀ ਨੀਤੀ ਲਓ, ਕਹਿੰਦੇ ਵੀ ਕੁਲਜੀਤਾ ਖਾੜਕੂ ਪਿੰਡ ਪਵੇ ਖਾਖੜ ਦੀ ਧਰਤੀ ਦਾ, ਕਹਿੰਦੇ ਵੀ ਮਹਾਨ ਖਿਡਾਰੀ ਹੋਇਆ ਰੱਬਾ ਵਾਲੇ ਹਰਵਿੰਦਰ ਦੇ ਨਾਲ, ਤਕੜੇ ਜਫੇ ਲਾਇਆ ਕਨੇਡਾ ਦੀਆਂ ਗਰਾਊਂਡਾਂ ਦੇ ਵਿੱਚ, ਮੋੜ ਵੀਰੇ ਭਾਵੇਂ ਇੰਗਲੈਂਡ ਦੀਆਂ ਗਰਾਊਂਡਾਂ ਦੀ ਗੱਲ ਹੋਵੇ ਜਾਂ ਫਿਰ ਯੂਐਸਏ ਦੀਆਂ ਗਰਾਊਂਡਾਂ ਦੀ ਗੱਲ ਹੋਵੇ, ਉਹਦਾ ਪੇਂਡੂ ਖਿਡਾਰੀ ਹੈ। ਉੱਧਰ ਨੰਬਰਦਾਰ ਕਪਿਆਲ ਵਾਲਾ ਕਬੱਡੀ ਪਾਉਂਦਾ ਹੋਇਆ ਦੇਖਾਂਗੇ, ਸਹੇੜੀ ਵਾਲੇ ਧੀਮੇ ਦਾ ਸਪੁੱਤਰ ਲਵਲੀ ਫੇਰ ਜਫਾ ਲਾਉਂਦਾ ਹੋਇਆ ਅੱਜ ਬੱਲੇ ਬੱਲੇ ਕਰਵਾ ਦਿੱਤੀ ਹੈ। ਧੂਰੀ ਦੇ ਖੇਡ ਪ੍ਰੇਮੀਆਂ ਦਾ ਦਿਲ ਜਿੱਤਣ ਵਾਲੀ ਗੱਲ ਕੀਤੀ ਹੈ, ਇਹ ਹੈ ਲਵਲੀ, ਇਸ ਸਮੇਂ ਸੋਰੀ ਵਾਲੇ ਪ੍ਰੇਮੀ ਦਾ ਸਪੁੱਤਰ ਇੱਕ ਅੰਕ ਦਾ ਵਾਧਾ ਆਪਣੀ ਟੀਮ ਲਈ ਕਰਦਾ ਹੋਇਆ।
मनजोत गिल माछी बड़े वाला कबड्डी पाँदा हुआ है देखेंगे उधर रणिया दड़बे वाला सत्ती दड़बे वाला ते नाली बब्बू नाले काजू रणी के दी धरती का मेरी जो चीड़ा याफी है साडे अपने जिले का माण है मेरी भाई वाह पॉइंट मनजोत सिंह गिल माछी बड़े वाला अपनी टीम मालवा क्लब समराह के वास्ते योजना हुआ सो ਸਾਡੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੇ ਪ੍ਰਧਾਨ ਬਾਈ ਦਲਜਿੰਦਰ ਮਾਨ ਹੋਰਾਂ ਵੱਲੋਂ ਵੀ ਸੁਨੇਹੇ ਪੁੱਜ ਗਏ ਨੇ ਵੀ ਅਕਤੂਬਰ ਦੇ ਵਿੱਚ ਸੇਮਾ ਕਬੱਡੀ ਕੱਪ ਕਰਵਾਇਆ ਜਾਏਗਾ ਸਵਰਨ ਜੀ ਡੇਟਾਂ ਫਾਈਨਲ ਕਰਕੇ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਅਕਤੂਬਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ ਸੇਮਾ ਕਬੱਡੀ ਕੱਪ ਵਾਜਵਾਜ ਸੇਮਾ ਕਬੱਡੀ ਕੱਪ ਟੀਵੀ ਦਾ ਹੋਵੇਗਾ ਅਕਤੂਬਰ ਮਹੀਨੇ ਵਿੱਚ ਡੇਟਾਂ ਜਲਦੀ ਐਲਾਨ ਹੋਣਗੀਆਂ ਜੱਟਾ ਗੜੀ ਵਾਲਾ ਦੂਜੇ ਵਾਲੇ ਅਰਸ਼ ਕਾਲੇ ਬੂੜੇ ਵਾਲਾ ਪੁਆਇੰਟ ਐਬ ਸਪੋਰਟ ਕਬੱਡੀ ਅਕੈਡਮੀ ਦਗੜਪੁਰ ਦੇ ਲਈ ਜੋੜਦਾ ਹੋਇਆ ਉਹਦੇ ਮੋਹਾਲੀ ਦੇ 73 ਖਿਡਾਰੀ ਪੁੱਜਿਆ ਮੇਰੇ ਵੀਰੋ ਕਹਿੰਦੇ ਵੀ ਸੁਖਮਨ ਲਲਹਿੜੀ ਵਾਲਾ ਪੁੱਜ ਗਿਆ ਬਿੰਦੂ ਸਨੇਤ ਵਾਲਾ ਸੀਪਾ ਰੈਪਰ ਮਾਜਲੀ ਦੀ ਧਰਤੀ ਦਾ ਸ਼ਿੰਗਾਰਾ ਹੋਲ ਦੀ ਧਰਤੀ ਦਾ ਓਮੀ ਪਿੱਕੀ ਵਾਲਾ ਵੀ ਪੁੱਜ ਗਿਆ ਉਧਰੋਂ ਗੇਜਾ ਪੁੱਜ ਗਿਆ ਨਾਲੇ ਹੈਲੀ ਸਾਦੀ ਹਰੀ ਦੀ ਧਰਤੀ ਦਾ ਵੀ ਪੁੱਜ ਗਏ ਧੰਨਵਾਦ ਕਰਦੇ ਹਾਂ ਸਾਰੇ ਖਿਡਾਰੀਆਂ ਨੂੰ ਜੱਸਾ ਪਰਥਲੇ ਰੰਧਾਵੇ ਵਾਲਾ ਉਹ ਵੀ ਖੇਡ ਮੈਦਾਨ ਵਿੱਚ ਪੁੱਜ ਗਿਆ ਕਰਨ ਖਮਾਣਾ ਵਾਲਾ ਵੀ ਪੁੱਜਿਆ ਟਾਂਕਾ ਮੇਰੇ ਵੀਰੋ ਧੰਨਵਾਦ ਕਰਦੇ ਹਾਂ ਲਓ ਉਧਰ ਦੇਖਦੇ ਵੀ ਅਗਲੀ ਕਬੱਡੀ ਦੀਪਾ ਪਿੰਡ ਬੱਲ ਨਾ ਵਾਲਾ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪੈਦਾ ਹੋਇਆ ਕਾਕਾ ਚਾਰ ਸਾਹਿਬ ਵਾਲਾ ਸੁੱਖੀ ਬਰਾੜ ਦੀ ਇਸ਼ਾਰਾ ਕਰਦੇ ਕਿ ਪੰਜ ਜਿਹੜਾ ਕਾਕਾ ਚਾਰ ਸਾਹਿਬ ਵਾਲਾ ਮਾਲਵਾ ਕਲੱਬ ਸਮਰਾਲ ਦੇ ਵਾਸਤੇ ਜੋੜਦਾ ਹੋਇਆ ਕੁਲਵਿੰਦਰ ਸਿੰਘ ਜੱਟ ਕਹਿੰਦੇ ਵੀ ਪੰਜਾਬ ਪੁਲਿਸ ਵਿੱਚ ਏਐਸਆਈ ਆ ਸਾਡਾ ਵੀਰ ਆਪਣੀ ਟੀਮ ਲੈ ਕੇ ਪੁੱਜਿਆ ਧੰਨਵਾਦ ਕਰਦੇ ਹਾਂ ਉਧਰ ਬਰਿੰਦਰ ਸਿੰਘ ਪਵੇ ਖਾਗਟ ਵਾਲਾ ਕੁਲਜੀਤ ਖਾੜਕੂ ਦਾ ਗਰਾਈਆਂ ਮਿਲ ਵੀਰੇ ਉਹ ਚਕੋਟੀ ਦਾ ਯਾਫੀ ਇੰਟਰਨੈਸ਼ਨਲ ਜਾਤੀ ਦਾ ਗਰਾਈ ਲੈ ਮਿਲ ਵੀਰੇ ਨਾਲ ਸਾਡਾ ਵੀਰ ਸੁਰਿੰਦਰ ਬਰੇਲੀ ਤੋਂ ਸਪੈਸ਼ਲ ਪਹੁੰਚਿਆ ਯੂਪੀ ਦੇ ਵਿੱਚੋਂ ਸੁਰਿੰਦਰ ਇਹ ਮੈਚ ਦੇਖਣ ਲਈ ਸਵਰਨ ਜੰਗਪਾਲ ਬਾਈ ਦੇ ਨਾਲ ਵਾਜਵਾ ਕਹਿੰਦੇ ਵੀ 20 ਤਰੀਕਾ ਖਰਾਣਾ ਸਾਹਿਬ ਦੇ ਕਬੱਡੀ ਕੱਪ ਦੀ 41,000 ਰੁਪਏ ਪ੍ਰਾਈਜ਼ ਹੋਵੇਗਾ ਨਾਲ ਵੱਡੇ ਮਾਨ ਸਨਮਾਨ ਹੋਣਗੇ ਖਿਡਾਰੀਆਂ ਦੇ 21 ਤਰੀਕਾ ਬਡਬਰ ਦੇ ਕਬੱਡੀ ਕੱਪ ਦੀ ਉੱਥੇ ਵੀ ਆਪਾਂ ਇਸੇ ਤਰ੍ਹਾਂ ਪੁੱਜਾਂਗੇ 22 ਤਰੀਕਾ ਕਲੌਦੀ ਦੇ ਕਬੱਡੀ ਕੱਪ ਦੀ 51,000 ਤੇ 41,000 ਪ੍ਰਾਈਜ਼ ਸੋਨੇ ਦੀਆਂ ਮੁੱਦੀਆਂ ਹੋਣਗੀਆਂ ਵਾਈਟ ਟੇਬਲ ਤੇ ਯਾਫੀ ਦੇ ਲਈ ਨਾਲ ਕਹਿੰਦੇ ਵੀ ਮਦੇਵੀ ਦੀ ਧਰਤੀ ਦੇ ਕਬੱਡੀ ਕੱਪ ਦੀ ਗੱਲ ਕਰਾਂਗੇ ਦੋਨੋਂ ਭਰਾਵਾਂ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਹੋਣਗੀਆਂ 23 ਤਰੀਕਾ ਪਿੰਡ ਮੀਮਸੇ ਦੇ ਕਬੱਡੀ ਕੱਪ ਦੀ 41 ਤੇ 31 ਇਨਾਮ ਹੋਣਗੇ ਨਾਲੇ ਵੈਸਟ ਸਟੇਟ ਦੇ ਜਾਪੀ ਲਈ ਐਲ ਸੀ ਡੀਆਂ ਹੋਣਗੀਆਂ 24 ਤਰੀਕਾ ਮੇਰੇ ਵੀਰੋ ਆ ਪਿੰਡ ਦੋਗਰੇ ਦੇ ਕਬੱਡੀ ਕੱਪ ਦੀ 61 ਤੇ 41,000 ਪ੍ਰਾਈਜ਼ ਵਾਈਟ ਟ੍ਰੇਡਰ ਤੇ ਯਾਫੀ ਲਈ ਫਰਿੱਜਾਂ ਹੋਣਗੀਆਂ ਸਾਡਾ ਵੀਰ ਬਾਈ ਜਸਵੰਤ ਭੋਲਾ ਮਾਰਕੀਟ ਕਮੇਟੀ ਧੂਰੀ ਉਹ ਵੀ ਸਾਡੇ ਦਰਮਿਆਨ ਪੁੱਜੇ ਆ ਬਾਈ ਨੂੰ ਜੀ ਆਇਆਂ ਬਾਈ ਜਸਵੰਤ ਭੋਲਾ ਲਓ ਜੀ ਨੋਟ ਕਰਿਓ ਮਾਲਵਾ ਕਲੱਬ ਸਮਰਾਲਾ ਦੀ ਟੀਮ ਦੇ ਪੁਆਇੰਟ ਹੈ 39.5 ਤੇ ਗੱਗੜਪੁਰ ਸੰਗਰੂਰ ਦੇ ਪੁਆਇੰਟ ਹੈ 29 ਸਮਰਾਲਾ ਜੇਤੂ ਹੈ ਜੀ ਨੋਟ ਕਰ ਲਓ ਮਾਲਵਾ ਕਲੱਬ ਸਮਰਾਲਾ ਧੰਨਵਾਦ ਕਰਦਾ ਬਾਈ ਜੋਤ ਚਹਿਲ ਕੈਨੇਡਾ ਐਂਡ ਮਨਪ੍ਰੀਤ ਚਹਿਲ ਕੈਨੇਡਾ ਦਾ ਜਿਨ੍ਹਾਂ ਵੱਲੋਂ ਸੰਧੂ ਭਰਾਵਾਂ ਦੇ ਵਾਸਤੇ 2100 ਰੁਪਏ ਦੇ ਮਾਣ ਪੁੱਜਿਆ ਨਾਲੇ ਕਿਹਨੇ ਵੀ ਉਹ ਜਿਹੜਾ ਡਿਸਕਵਰ 125 ਸੀਸੀ ਮੋਟਰਸਾਈਕਲ ਬਾਈ ਜੋਤ ਚਹਿਲ ਵੱਲੋਂ ਤੇ ਮਨਪ੍ਰੀਤ ਕੈਨੇਡਾ ਵੱਲੋਂ ਦਿੱਤਾ ਜਾਣਾ ਤੇ ਦੂਜਾ ਮੋਟਰਸਾਈਕਲ ਬਾਈ ਸੀਪਾ ਯੂਐਸਏ ਨਾਲੇ ਕਿਹਨੇ ਵੀ ਬਬਲੂ ਯੂਐਸਏ ਲਾਡੀ ਬਾਠ ਨਿਊਜ਼ੀਲੈਂਡ ਤੇ ਸੇਬੀ ਕਾਂਦਲੇ ਵੱਲੋਂ ਦਿੱਤਾ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਹਨਾਂ ਨੇ ਵੀ ਸੰਧੂ ਭਰਾਵਾਂ ਦੇ ਮਾਣ ਕੀਤੇ ਹੈ 2100 ਦਾ ਵੱਡਾ ਪ੍ਰਾਈਜ਼ ਮਾਬੋਲੀ ਦੇ ਨਾਲ ਬੋਲਾਂ ਦੇ ਵਾਸਤੇ ਪੁੱਜੋ ਥੈਂਕ ਯੂ ਰੇਲ ਗੱਡੀ ਚਲਾ ਦੋ ਫਟਾਫਟ ਸਾਡੇ ਵੀਰ ਕਰਮ ਮਹਿੰਦਰ ਸਿੰਘ ਜੀ ਰਾਜਨ ਸਿੰਘ ਪਰਮਾਰ ਜੋ ਕਿ ਚੰਡੀਗੜ੍ਹ ਤੋਂ ਕਰਮ ਮਹਿੰਦਰ ਜੀ ਏਐਸਆਈ ਸਾਹਿਬਾਨ ਪੁੱਜੇ ਹੈ ਬਬਲੂ ਵੱਲੋਂ ਯੂਐਸਏ ਵੱਲੋਂ ਸੀਪੇ ਯੂਐਸਏ ਵੱਲੋਂ ਜੱਸੇ ਆਸਟ੍ਰੇਲੀਆ ਵੱਲੋਂ ਆ ਸਾਡੇ ਸਤਿਕਾਰ ਦੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਕਰਮ ਮਹਿੰਦਰ ਏਐਸਆਈ ਸਾਹਿਬਾਨ ਥੈਂਕ ਯੂ ਜੀ ਅਗਲੀ ਗੱਲ ਮਾਈ ਤੇ ਬਾਈ ਹਰਪ੍ਰੀਤ ਸੰਧੂ ਸਾਡੇ ਭਰਾਵਾਂ ਦੇ ਵਿੱਚੋਂ ਰਾਜਨ ਸਿੰਘ ਪਰਮਾਰ ਉਹਨਾਂ ਦਾ ਸਨਮਾਨ ਮੋਹਿਤ ਸਿੰਗਲਾ ਜੀ ਔਰ ਰੋਹਿਤ ਸਿੰਗਲਾ ਜੀ ਨੂੰ ਸਨਮਾਨ ਚਿੰਨ੍ਹ ਦਿੱਤਾ ਜਾਣਾ ਹੈਲੋ ਮਾਈਕ ਚੈੱਕ ਹੈਲੋ ਸਭ ਤੋਂ ਪਹਿਲਾਂ ਰੰਗਲੇ ਪੰਜਾਬ ਦੀਆਂ ਸਰਦਾਰੀਆਂ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਅੱਜ ਮੇਰੇ ਵੀਰੋ ਆ ਮੀਰੀ ਪੀਰੀ ਸਪੋਰਟਸ ਐਂਡ ਕਲਚਰ ਕਬੱਡੀ ਕੱਪ ਦਾ ਇਹ ਖਿੜਿਆ ਹੋਇਆ ਗੁਲਾਬ ਹੈ। ਮੁਕਾਬਲਾ ਤੁਹਾਡੇ ਸਾਹਮਣੇ ਜਥੇਦਾਰ ਸ਼ਹੀਦ ਬਾਬਾ ਹਨੂਮਾਨ ਸਿੰਘ ਅਕੈਡਮੀ ਮੋਹਾਲੀ ਤੇ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਅਕੈਡਮੀ ਹੀਰੋ ਝਾੜੋਂ ਦੇ ਵਿਚਕਾਰ ਮੇਰੇ ਵੀਰੋ ਸ਼ੁਰੂ ਹੋਣ ਲੱਗਿਆ। ਸੋ ਸਾਡੇ ਬਾਈ ਬਬਲੂ ਯੂਐਸਏ ਤੇ ਸਾਡਾ ਬਾਈ ਮੇਰੇ ਵੀਰੋ ਸੀਪਾ ਯੂਐਸਏ ਤੇ ਜੱਸਾ ਆਸਟ੍ਰੇਲੀਆ ਜਿਨ੍ਹਾਂ ਭਰਾਵਾਂ ਵੱਲੋਂ 3.5 ਲੱਖ ਰੁਪਇਆ ਜਿਹੜਾ ਇਸ ਮਾਂ ਖੇਡ ਕਬੱਡੀ ਦੇ ਮਹਾਕੁੰਭ ਤੋਂ ਵਾਰਿਆ ਜਾ ਰਿਹਾ ਤੇ ਨਾਲ ਇਹ ਧਰਮਿੰਦਰ ਦੁਲਤ ਮੇਰੇ ਵੀਰੋ ਉਹਨਾਂ ਦੇ ਭੂਆ ਜੀ ਦੇ ਸਪੁੱਤਰ ਸਰਪੰਚ ਬਣੇ ਹੈ ਉਹਨਾਂ ਵੱਲੋਂ ਵੱਡੇ ਜਿਹੜੇ ਮਾਂ ਖੇਡ ਕਬੱਡੀ ਦੇ ਇਸ ਮਹਾਕੁੰਭ ਦੇ ਲਈ ਯੋਗਦਾਨ ਆਇਆ ਹੈ। ਸਾਡੇ ਕਲੱਬ ਦੇ ਸਰਪ੍ਰਸਤ ਅਨੁਭਵ ਸਿੰਗਲਾ ਸਾਡੀ ਜ਼ਿੰਦਗੀ ਦਾ ਪਰ ਮਿੱਤਰ ਹੈ। ਧਰਮਿੰਦਰ ਦੁਲਟ ਸਰਪੰਚ ਮੇਰੇ ਵੀਰੋ ਸੰਤੋਖ ਭਰਾ ਤੇ ਨਾਲ ਹੈ ਬਾਈ ਬਲਦੇਵ ਸਿੰਘ ਜੀ ਸਰਪੰਚ ਧੂਰੀ। ਸਾਡੇ ਕਲੱਬ ਦੇ ਪ੍ਰਧਾਨ ਸਾਡਾ ਬਾਈ ਗੁਰਸੇਵਕ ਸਿੰਘ ਸੇਬੀ ਲਗਾਤਾਰ 3 ਮਹੀਨੇ ਹੋ ਗਏ ਕੰਮ ਛੱਡੇ ਨੂੰ ਕਿਉਂਕਿ ਦਲੇਰ ਨਾਗਰਾ ਯੂਐਸਏ ਬਾਈ ਬਬਲੂਰਾ ਕੋਲੇ ਪਹੁੰਚ ਗਿਆ ਮੇਰੇ ਵੀਰੋ। ਪ੍ਰਧਾਨਗੀ ਜਿਹੜੀ ਸਾਡੇ ਗੁਰਸੇਵ ਸੇਬੀ ਨੂੰ ਕਾਂਜਲੇ ਵਾਲੇ ਨੂੰ ਸਭਾਈ ਹੈ ਤੇ ਸੀਨੀਅਰ ਮੀਤ ਪ੍ਰਧਾਨ ਮੇਰੇ ਵੀਰੋ ਕਦੇ ਵੀ ਮੈਂ ਮੱਥੇ ਵੱਟ ਪਾਉਂਦਾ ਨਹੀਂ ਵੇਖਿਆ, ਹਮੇਸ਼ਾ ਹਸੂ ਹਸੂ ਕਰਦਾ ਚਿਹਰਾ ਸਾਡੀ ਜ਼ਿੰਦਗੀ ਦਾ ਪਰ ਮਿੱਤਰ ਸਾਡਾ ਬਾਈ ਹਰਦੀਪ ਹੈ ਤੇ ਨਾਲ ਸਾਡਾ ਬਾਈ ਜਸਪ੍ਰੀਤ ਅਕਸ਼ੇ ਮੇਰੇ ਵੀਰੋ ਸੀਨੀਅਰ ਮੀਤ ਪ੍ਰਧਾਨ ਹੈ ਤੇ ਬਾਈ ਬਿਕਰਮਜੀਤ ਸਿੰਘ ਜੀ ਲਾਡੀ ਭਲਵਾਨ ਵਾਲੇ ਸੀਨੀਅਰ ਮੀਤ ਪ੍ਰਧਾਨ ਹੈ ਜਿਨ੍ਹਾਂ ਵੱਲੋਂ 71,000 ਰੁਪਇਆ ਦਿੱਤਾ ਗਿਆ। ਬਾਈ ਧਰਮਿੰਦਰ ਜੱਖੜਾ ਤੇ ਬਾਈ ਸੀਪਾ ਜੱਖੜਾ ਉਹਨਾਂ ਵੱਲੋਂ 51,000 ਦਿੱਤਾ ਗਿਆ ਕਲੱਬ ਦਾ ਖਜ਼ਾਨਾ ਮੰਤਰੀ। ਬਾਈ ਦਵਿੰਦਰ ਸਰਾਓ ਮਾਨਾ ਪ੍ਰੋਫੈਸਰ ਸਾਹਿਬ ਤੇ ਸੀਨੀਅਰ ਪ੍ਰਧਾਨ ਸਾਡਾ ਬਾਈ ਰਣਜੀਤ ਸਿੰਘ ਕੋਨਾ ਤੇ ਨਾਲ ਸਾਡਾ ਸਵਰਨ ਬਾਟ ਮੇਰੇ ਵੀਰੋ ਸਾਡੇ ਕਾਲਜ ਦਾ ਜਿਗਰੀ ਯਾਰ ਹੈ, ਇਕੱਠੇ ਪੜ੍ਹਿਆ ਤੇ ਬੜਾ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ। ਤੇ ਇਧਰੋਂ ਸਾਡਾ ਵੀਰ ਆ ਮੇਰੇ ਵੀਰੋ ਸੁਰਿੰਦਰ ਪਾਲ ਨੀਟਾ ਤੇ ਨਾਲ ਬਾਈ ਸੁਖਦੀਪ ਸਿੰਘ ਸੀਪਾ ਤੇ ਨਾਲ ਬਾਈ ਸਾਡਾ ਦਵਿੰਦਰਪਾਲ ਸਿੰਘ ਨੀਟਾ, ਕੁਲਵਿੰਦਰ ਸਿੰਘ ਬਾਈ ਭਗੇਲਾ ਧੂਰੀ ਵਾਲਾ ਬੜੇ ਮਿੱਠੇ ਬੋਲਾਂ ਦਾ ਮਾਲਕ ਹੈ ਮੇਰੇ ਵੀਰੋ ਤੇ ਨਾਲ ਸਾਡੇ ਦਿਓਲ ਸਟੂਡੀਓ ਲਖਵੀਰ ਤਾਂਦਲਾ, ਅਮਨ ਚੰਦਪੁਰ, ਸਤਵੀਰ ਗਿੱਲ ਜੱਖੜਾ ਤੇ ਨਿਰਪਾਲ ਸਾਡਾ ਬਾਈ ਬੇਨੜੇ ਵਾਲਾ, ਇਹਨਾਂ ਨੂੰ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਉਧਰੋਂ ਮੇਰੇ ਵੀਰੋ ਸਾਡਾ ਬਾਈ ਜੋਤ ਚੈਲ ਕਨੇਡਾ ਜਿਹੜੇ ਵੀਰ ਨੇ ਸੰਧੂ ਭਰਾਵਾਂ ਦਾ ਮੁੱਲ ਪਾਇਆ। ਦਰਸ਼ਕ ਵੀਰੋ ਤੁਹਾਡੇ ਪਿਆਰ ਸਦਕਾ ਇਹ ਸਨਮਾਨ ਹੋ ਰਹੇ ਨੇ, ਤੁਹਾਡੇ ਮਾਣ ਸਦਕਾ ਜਿਹੜੇ ਵੀਰ ਵੱਲੋਂ ਮੋਟਰਸਾਈਕਲ ਇਸ ਅੱਜ ਦੇ ਕਬੱਡੀ ਕੱਪ ਦੇ ਸਾਡੇ ਸੰਧੂ ਭਰਾਵਾਂ ਨੂੰ ਦਿੱਤਾ ਜਾਣਾ ਹੈ, ਇੱਕ ਮੋਟਰਸਾਈਕਲ ਸਾਡੇ ਸੀਪਾ ਯੂਐਸਏ ਤੇ ਨਾਲ ਬਾਈ ਬਬਲੂ ਯੂਐਸਏ ਲਾਡੀ ਬਾਤ ਨਿਊਜ਼ੀਲੈਂਡ ਬੈਠਾ ਦੇਖ ਰਿਹਾ ਹੈ, ਫੋਨ ਤੇ ਆ ਕਿਹਾ ਕਿ ਸੰਧੂ ਆ ਪ੍ਰੀਤੋ ਜ਼ਰੂਰ ਸੁਣਾਉਣੀ ਹੈ, ਲਾਡੀ ਬਾਤ ਨੂੰ ਪਸੰਦ ਹੈ ਕਿ ਮੈਂ ਪਰਦੇਸੀ ਬੈਤਰੋਂ ਬੈਠਾ ਦੂਰ ਦੋਸਤ ਆਵੇ, ਤੂੰ ਕੀ ਜਾਣੇ ਕਿੰਨਾ ਆ ਮਜਬੂਰ ਦੋਸਤ ਆਵੇ, ਧੁੱਪ ਨਿਕਲਦੀ ਜਦ ਵੀ ਆਉਂਦਾ ਖਿਆਲ ਪ੍ਰੀਤੋ ਦਾ, ਉਹ ਮੈਨੂੰ ਚਿੱਠੀ ਦੇ ਵਿੱਚ ਲਿਖਦੀ ਕੀ ਹੈ ਹਾਲ ਪ੍ਰੀਤੋ ਦਾ, ਮਿਲੀ ਕਿਤੇ ਤਾਂ ਮੇਰੇ ਵੱਲੋਂ ਫਤਿਹ ਬੁਲਾ ਦੇਵੀ, ਭੁੱਲਿਆ ਨੀ ਤੈਨੂੰ ਬੇਦਲ ਉਹਨੂੰ ਗੱਲ ਸਮਝਾ ਦੇਵੀ, ਅੱਧਾ ਦੁੱਖ ਤਾਂ ਟੁੱਟ ਜੂ ਇੰਨੇ ਨਾਲ ਪ੍ਰੀਤੋ ਦਾ, ਉਹ ਚਿੱਠੀ ਦੇ ਵਿੱਚ ਲਿਖਦੀ ਕੀ ਹੈ ਹਾਲ ਪ੍ਰੀਤੋ। ਬਣੀ ਕਹਿੰਦੇ ਪਿੰਡ ਸਮਾਣਾ ਜਿਹੜੇ ਰੋਪੜ ਦੀ ਧਰਤੀ ਦਾ ਬਬਲੂ ਯੂਐਸਏ ਵਾਲੇ ਵੀ ਰਿਹਾ, ਇਹ ਨੌਜਵਾਨ 3 ਬੁਲਟ ਜਿੱਤ ਗਿਆ, ਉੱਥੇ ਮੌਲੇ ਨਾਲ ਜਿੱਦਣ ਮੈਚ ਦਾ ਲਸੋਈ ਦੀ ਧਰਤੀ ਤੇ ਟੱਕਿਆ ਉੱਥੇ ਬੱਬਰ ਸ਼ੇਰ ਨੇ ਦਰਬੇ ਵੱਲੋਂ ਕਬੱਡੀਆਂ ਪਾਈਆਂ ਸੀ, ਬਬਲੂ ਯੂਐਸਏ ਦਾ ਜਿਗਰੀ ਯਾਰ ਮੌਲਾ। ਤੇ ਮਨੀਸ਼ ਮੇਰੇ ਵੀਰੋ ਤੁਹਾਡੇ ਸਾਹਮਣੇ ਹਰਿਆਣੇ ਦੀ ਧਰਤੀ ਦਾ ਕਬੱਡੀ ਪਾ ਰਿਹਾ, ਇੱਕ ਪਾਸੇ ਸਨੀ ਹੈ ਤੇ ਵਿਚਾਰੇ ਹੋਲ ਦੀ ਧਰਤੀ ਦਾ ਸ਼ਿੰਗਾਰਾ ਤੇ ਸੁਖਮਣ ਹੈ, ਇੱਕ ਪਾਸੇ ਸ਼ੇਰੂ ਹੈ, ਪਰ ਅੰਕੜਾ ਮਨੀਸ਼ ਮੇਰੇ ਵੀਰੋ ਸ੍ਰੀ ਗੁਰੂ ਤੇਗ ਬਹਾਦਰ ਅਕੈਡਮੀ ਟੋਟਲੀ ਸ੍ਰੀ ਗੁਰੂ ਤੇਗ ਬਹਾਦਰ ਅਕੈਡਮੀ ਮੇਰੇ ਹੀਰੋ ਝਾੜੋਂ ਦੇ ਕਬਜ਼ੇ ਦੇ ਵਿੱਚ ਕਰਦਾ ਹੈ। ਇਹ ਸਰਦਾਰ ਨੈਬ ਸਿੰਘ ਹੋਰਾਂ ਦਾ ਮੁੰਡਾ ਹੈ, ਪਿੰਡ ਘਨੌਰ ਦੀ ਧਰਤੀ ਮੇਰੇ ਵੀਰੋ ਜ਼ਿਲ੍ਹਾ ਪਟਿਆਲਾ
ਬਈ ਗੁਰਲਾਲ ਕਨੌਰ ਪੁੱਜਿਆ ਹੋਇਆ ਹੈ। ਗੁਰਲਾਲ ਵੀਰ ਬਈ ਬਬਲੂ ਯੂਐਸਏ ਵੱਲੋਂ ਇੱਕ ਬੇਨਤੀ ਜ਼ਰੂਰ ਕਬੂਲ ਕਰਨੀ ਹੈ, ਅਗਲੇ ਮੈਚ ਦੇ ਵਿੱਚ ਤੇਰੀਆਂ ਕੌਡੀਆਂ ਪਵਾਉਣੀਆਂ ਨੇ। ਬਈ ਬਬਲੂ ਯੂਐਸਏ ਦੇ ਸੁਨੇਹੇ ਲਾਈਵ ਤੱਕ ਰਿਹਾ, ਗੁਰਲਾਲ ਕਨੌਰ ਵਾਲਾ ਸਾਡੀ ਆਵਾਜ਼ ਸੁਣਦਾ ਤਾਂ ਅਗਲੇ ਮੈਚ ਦੇ ਵਿੱਚ ਜ਼ਰੂਰ ਖੇਡੂਗਾ। ਬਈ ਇੱਕ ਬੇਨਤੀ ਹੈ, ਜਿੰਨੇ ਵੀ ਸਾਡੇ ਇਨਵਾਈਟਰ ਸੱਜਣ ਨੇ ਉਹੀ ਪਲੀਜ਼ ਸਟੇਜ ਤੇ ਰਹਿਣ, ਜਿਹਨਾਂ ਲਈ ਪਾਸ ਨਹੀਂ ਪਲੀਜ਼ ਆਪਣੇ ਆਪ ਬਾਹਰ ਹੋ ਜਾਓ, ਫਿਰ ਸਾਨੂੰ ਮੁਲਾਜ਼ਮ ਵੀਰ ਜਾਂ ਵਲੰਟੀਅਰ ਫੜ ਕੇ ਬਾਂਹ ਤੋਂ ਬਾਹਰ ਕੱਢਣਗੇ। ਹੁਣ ਹੱਥ ਬੰਨ ਕੇ ਬੇਨਤੀ ਕਰਦੇ ਹਾਂ, ਬਿਨਾਂ ਪਾਸ ਤੋਂ ਸਾਰੇ ਪਲੀਜ਼ ਬਾਹਰ ਚਲੇ ਜਾਣ। ਕਹਿੰਦੇ ਨੇ ਰਹਿਪੁਰ ਮਾਜਰੀ ਖੰਨੇ ਦਾ ਏਰੀਆ ਕੈਨੇਡਾ ਦੀ ਧਰਤੀ ਦੇ ਬੱਲੇ ਬੱਲੇ ਕਰਵਾਈ, ਆਪ ਬਖਸ਼ੇਰ ਦਾ ਨਾਂ ਸ਼ੀ ਭੈ ਮੇਰੇ ਵੀਰੋ, ਸ਼ਹੀਦ ਭਗਤ ਸਿੰਘ ਦੀ ਤਸਵੀਰ ਸੱਜੇ ਬਡੋਲੇ ਤੇ ਛਪਾਈ ਹੈ, ਸੱਜੇ ਡੋਲੇ ਦੇ ਇੱਕ ਪਾਸੇ ਭੇਜਿਆ, ਤੇਰੀ ਪੁੱਠੀ ਕਿੱਥੇ ਹੈ? ਬਈ ਵਾਹ, ਇੱਧਰੋਂ ਤੱਕ ਰਹੇ ਹਾਂ ਕਿ ਬਾਹ ਖੇਡ ਕਬੱਡੀ ਦੇ ਵਿੱਚ ਇਸ ਵਕਤ ਤੇ ਬੱਬਰ ਸ਼ੇਰ ਤੁਹਾਡੇ ਸਾਹਮਣੇ ਯਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਅੱਜ ਵੇਖਾਂਗੇ ਮੇਰੇ ਵੀਰੋ ਨੰਬਰ ਕਿਹਦਾ ਹੋਣਾ ਹੈ। ਅੰਗੜਾ ਯਾਫੀਆਂ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ, ਯਾਫੀਆਂ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ, ਚੱਲ ਵੀ ਜਾਣਾ ਪਾਕ ਵੱਡੀ। ਕਹਿੰਦੇ ਨੇ ਇਸ ਵਕਤ ਪ੍ਰਵੀਨ ਹਰਿਆਣੇ ਵਾਲਾ ਬਾਹ ਖੇਡ ਕਬੱਡੀ ਦੇ ਵਿੱਚ ਬੋਲਦਾ ਤਾਵਾ, ਇੱਕ ਪਾਸੇ ਸ਼ੇਰੂ ਹੈ, ਲੈ ਵੀ ਲਲਹੇੜੀ ਦੇ ਸੁਖਮਨ ਸਿਆ, 7 ਤਰੀਕ ਨੂੰ ਤੇਰੇ ਪਿੰਡ ਮੇਲੇ ਦੀ ਗੱਲ ਹੋਈ ਸੀ, ਬਾਬਾ ਨਗਾਈਆ ਬਖਸ਼ੀ ਦੇ ਆਸ਼ੀਰਵਾਦ ਮਿਲੇ ਸਨ, ਜਿੱਥੇ 1.5 ਲੱਖ ਦੀ ਝੰਡੀ ਮੇਰੇ ਵੀਰੋ ਲੱਡੂ ਡੂਮ ਛੇੜੀ ਤੇ ਕ੍ਰਿਸ਼ਨ ਆਲਮਗੀਰ ਖਾੜੇ ਦੇ ਵਿਚਕਾਰ ਹੋਈ, 25 ਮਿੰਟ ਕੁਸ਼ਤੀ ਚੱਲੀ, ਬਰਾਬਰ ਰਹੀ ਮੇਰੇ ਵੀਰਿਓ, ਬਰਾਬਰ ਰਹੀ ਉਹ ਧਰਤੀ ਦਾ ਸੁਖਮਣ ਲਹੇੜੀ ਵਾਲਾ ਵਿਚਕਾਰ ਹੈ, ਇਹ ਕਰਨ ਡਾਂਕਾ ਖਮਾਣੋ ਦੀ ਧਰਤੀ ਦਾ ਤੁਹਾਡੇ ਸਾਹਮਣੇ ਬਾਹ ਖੇਡ ਕਬੱਡੀ ਨੂੰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਕਰਨ ਡਾਂਕੇ ਦਾ ਬੋਲਿਆ ਹੋਇਆ ਤਾਵਾ, 3 ਵਾਰ ਇਹ ਬੱਬਰ ਸ਼ੇਰ ਕੈਨੇਡਾ ਦੀ ਧਰਤੀ ਤੇ ਖੇਡ ਚੁੱਕੇ ਆ ਮੇਰੇ ਪੰਜਾਬੀ ਵੀਰਿਓ, ਲੈ ਵੀ ਭੇਜਿਆ ਤੇਰੀ ਪੁੱਠੀ ਵੇਖਣੀ ਹੈ, ਇੱਕ ਪਾਸੇ ਮੂਣਕ ਦੀ ਧਰਤੀ ਦਾ ਭੇਜਾ, ਕੱਲ ਮੂਣਕ ਦੀ ਧਰਤੀ ਦੇ ਬੂੰਦੀ ਨੇ ਫੈਜ਼ਗੜ੍ਹ ਦੀ ਧਰਤੀ ਦੇ ਤਕੜੇ ਜੱਫੇ ਮਾਰੇ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਬਾਈ ਅਲਫਾਜ਼ ਜੀ ਔਰ ਹਰਜੋਤ ਸਹੀ 5 ਵਜੇ ਰੰਗਾ ਰੰਗ ਪ੍ਰੋਗਰਾਮ ਹੈ ਜੋ ਸ਼ੁਰੂ ਹੋ ਜਾਣਾ ਹੈ, ਸਟੇਜ ਬਿਲਕੁਲ ਤਿਆਰ ਹੋ ਗਈ, ਬਾਈ ਰਮਨਜੋਤ ਕਾਲਾ ਸੋ ਗੋਲਡੀ ਖੰਗੂੜਾ ਸਾਡਾ ਵੀਰ ਸਾਡੇ ਕੋਲ ਪਹੁੰਚ ਚੁੱਕਿਆ ਹੈ, ਜਿਹਨਾਂ ਨੇ 21,000 ਰੁਪਏ ਦੀ ਮਾਲੀ ਮਦਦ ਇਸ ਕਲੱਬ ਦੇ ਲਈ ਭੇਜੀ ਹੈ, ਸਾਡਾ ਯਾਰ ਦਾ ਨਾਲ ਸਾਡਾ ਮਨੀਸ਼ ਬਾਬਾ ਜੀ, ਸੋ ਜੀਆਂ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਤੇ ਉਧਰੋਂ ਜਿਹੜੇ ਸਿੰਗਰਾਂ ਵਾਲੀ ਸਟੇਜ ਤੇ ਸਾਡੇ ਵੀਰ ਬੈਠੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਸਟੇਜ ਜਿਹੜੀ ਖਾਲੀ ਕਰ ਦਿਓ, ਕਿਉਂਕਿ ਜਿਹੜੇ ਸਾਊਂਡ ਫਿੱਟ ਕਰਨੀ ਹੈ, ਇਹ ਲੱਭੀ ਹੈ ਨਾਨਕਸਰ ਚੀਮੇ ਦੀ ਧਰਤੀ ਦਾ ਮੇਰੇ ਵੀਰਿਓ ਤੁਹਾਡੇ ਸਾਹਮਣੇ ਕਬੱਡੀ ਪਾਉਂਦਾ ਹੈ। ਉਰਲੇ ਪਾਸੇ ਸਨੀ ਹੈ ਜਿਹਨੂੰ ਸੰਧੂ ਭਰਾਵਾਂ ਨੇ ਇਨਸਾਨੀ ਚੁੰਬਕ ਦੇ ਨਾਂ ਦਿੱਤੇ ਆ ਮੇਰੇ ਵੀਰਿਓ, ਇਨਸਾਨੀ ਚੁੰਬਕ ਸੁਖਵੜ ਪਿੰਡ ਲਲਹੇੜੀ ਦਾ 3 ਵਾਰ ਬਾਹ ਖੇਡ ਕਬੱਡੀ ਨੂੰ ਕੈਨੇਡਾ ਦੀ ਧਰਤੀ ਤੇ ਖੇਡਿਆ ਹੈ। ਬਈ ਵਾਹ, ਮਾਲਵਾ ਕਲੱਬ ਸਮਰਾਲਾ ਤੇ ਬੀਸੀ ਕਲੱਬ ਸਮਰਾ, ਨਹੀਂ ਜੀ ਪਹਿਲਾਂ ਕੁੜੀਆਂ ਦਾ ਕਹਿੰਦੇ ਦਰਸ਼ਨ ਖੁਰਮੀ ਜੀ ਸਾਡੇ ਵਿਚਕਾਰ ਪਹੁੰਚੇ ਨੇ, ਅਸੀਂ ਉਹਨਾਂ ਨੂੰ ਕਲੱਬ ਦਰਸ਼ਨ ਖੁਰਮੀ ਜੀ ਪਹਿਲਾਂ ਲੜਕੀਆਂ ਦਾ ਮੈਚ ਜਿਹੜਾ ਕਰਵਾਇਆ ਜਾਣਾ ਹੈ ਇਹ ਜ਼ਿਲ੍ਹੇ ਰੋਪੜ ਦੀ ਧਰਤੀ ਦਾ ਮੇਰੇ ਵੀਰਿਓ ਬਣੀ ਸਮਾਣੇ ਪਿੰਡ ਦਾ ਹੈ। ਦਿੜਬੇ ਦੀ ਟੀਮ ਦੇ ਲਈ ਖੇਡ ਕੇ ਬੱਬਰ ਸ਼ੇਰ ਨੇ 3 ਮੋਟਰਸਾਈਕਲ ਜਿੱਤੇ ਨੇ, 2 ਬੁਲਟ ਮੋਟਰਸਾਈਕਲ ਜਿੱਤੇ ਹੈ। ਇਹ ਬੱਬਰ ਸ਼ੇਰ ਅੱਡੋ ਅੱਡ ਮੋਟਰਸਾਈਕਲ ਦੀ ਗਿਣਤੀ ਹੋਵੇ ਤਾਂ 11-12 ਮੋਟਰਸਾਈਕਲ ਇਸ ਨੌਜਵਾਨ ਦੇ ਕਬਜ਼ੇ ਦੇ ਵਿੱਚ ਆਇਆ ਹੈ। ਇਹ ਹਰਿਆਣੇ ਦੀ ਧਰਤੀ ਦਾ ਤੁਹਾਡੇ ਸਾਹਮਣੇ ਪ੍ਰਵੀਨ ਮੇਰੇ ਵੀਰਿਓ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਜੰਗਪਾਲ ਧਲੇਰ ਬੈਠਾ ਹੈ, ਬਈ ਜੋ ਚਹਿਲ ਕੈਨੇਡਾ ਦਾ ਰਿਸ਼ਤੇਦਾਰ ਹੈ, ਬਈ ਬਬਲੂ ਯੂਐਸਏ ਦੇ ਨਾਲ ਭਾਈਆਂ ਨਾਲੋਂ ਵੱਧ ਪਿਆਰ ਹੈ ਕਿ ਜੰਗਪਾਲ ਧਲੇਰਾਂ ਦਾ ਕਦੇ ਸਤਿਕਾਰ ਪਲੇਰਾਂ ਦਾ ਜਦੋਂ ਗੱਲ ਕੌਡੀ ਦੀ ਚੱਲਦੀ ਹੈ ਬਈ ਪੈਸੇ ਵਾਰਦਾ ਏ। ਅੱਜ ਵੇਖਦੇ ਹਾਂ ਬਈ ਗੁਰਪਿਆਰ ਰਮੀਸ਼ ਬੈਠਾ ਹੈ ਸਾਬਕਾ ਸਰਪੰਚ ਧੂਰਾ ਤੇ ਨਾਲ ਮਾਣਾ ਬੈਠਾ ਹੈ ਤੇ ਨਾਲ ਬਿਰਬਿਰੋ ਪ੍ਰੋਫੈਸਰ ਸੋਹਣ ਦੀਪ ਜੁਗਨੂ ਸਾਹਿਬ ਬੈਠੇ ਹੈ, ਬਾਲਬਾ ਸਪੋਰਟਸ ਐਂਡ ਕਲਚਰ ਕਬੱਡੀ ਕੱਪ ਦੀ ਪੂਰੀ ਟੀਮ ਪੁੱਜੀ ਹੋਈ ਹੈ, ਧੰਨਵਾਦ ਕਰ ਰਹੇ ਹਾਂ। ਮਾਫੀ ਚਾਹੁੰਦੇ ਹਾਂ ਸਾਡੇ ਕਾਂਗਰਸ ਦੇ ਸੀਨੀਅਰ ਆਗੂ ਬਾਈ ਦਲਵੀਰ ਗੋਲਡੀ ਖੰਗੂੜਾ ਜੀ ਸਾਡੇ ਵਿਚਕਾਰ ਪਹੁੰਚੇ ਨੇ, ਨਾਲ ਮਨੀਸ਼ ਜੀ ਉਹਨਾਂ ਵੱਲੋਂ 21,000 ਦਾ ਸਾਨੂੰ ਬਹੁਤ ਵੱਡਾ ਯੋਗਦਾਨ ਆ, ਅਸੀਂ ਉਹਨਾਂ ਨੂੰ ਜੀਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਸਾਡੇ ਕਾਂਗਰਸ ਦੇ ਨਿਧਾਰਕ ਜਰਨੈਲ ਸਾਡੀ ਜ਼ਿੰਦਗੀ ਦਾ ਪਰਮਿੱਤਰ ਗੋਲਡੀ ਵੀਰ ਬਾਈ ਦਲਵੀਰ ਗੋਲਡੀ ਖੰਗੂੜਾ ਜੀ ਪੁੱਜੇ ਨੇ, ਧੰਨਵਾਦ ਕਰਦੇ ਹਾਂ। ਇੱਧਰੋਂ ਮਨੀਸ਼ ਤੇ ਸ਼ੇਰੂ ਦਾ ਮੁਕਾਬਲਾ ਆ ਕਿਹੜਾ ਮੇਰੇ ਵੀਰਿਓ, ਇਹ ਮਨੀਸ਼ ਦੇ ਕਬਜ਼ੇ ਦੇ ਵਿੱਚ ਹੁੰਦਾ ਹੈ। ਲੈ ਵੀ ਭੇਜਿਆ
एक पासे बचाले पंडतां दा मुंडा हैली है यह भी प्रोफेसर सोनदीप जुगनूर दे टीम दे लई मेरे वीरो मस्तोना कॉलेज दे वल्लों खेडदा है यह नौजवान तुहाडे सामने मार्केट कबड्डी दे विच एक पासे डडबिंडी दी धरती दा पाला ते इधरों वेखदे आ कि सारा पिंड मेरे वीरो जोगियां दी कुत्ती वांगू चिमड़ गया अकड़ा सीपे दे कम्म दे विच है रायपुर माजरी खन्ने दा एरिया यह बब्बर शेर दा 365 कबड्डी .com दे जरिए यह मार्केट कबड्डी नूं पूरी दुनिया च विखाया जा रहा है सामने तक रहा के लबी मेरे वीरियो नानक सर चीमे की धरती का संत बाबा आतर सिंह जी महाराज मस्तुआ साहब की अपर पार कृपा है अज वेखदे आ तुहाडे सामने कबड्डी पाके वापस भरदा होया चल भी जवाना पाक बड़ी करन डांका खमाणो की धरती का कबड्डी पा रहे है के हुण वह ओमी की हट्टी उत्ते आउंदी है के ना सूट गुलाबी मेरी पसंद का पाउंदी है के ना जिदे नाल दा मेरे कोल अरमाल प्रीतो दा ओह चिट्ठी दे विच लिखदी की है हाल प्रीतो दा मैनू फोन उत्ते तू दसदी की है हाल प्रीतो दा करन डांका कबड्डी पाए है परवीन हरियाणे वाला कबड्डी पाउण दे लई अगे वल वधदा होया ते दूजे पासे चार जाफी है के निक्की हुंदी नाल मेरे जो तितलियां फड़दी सी ओ मिट्टी दे घर ढा दिंदा सा किन्ना लड़दी सी गुस्से दे विच हुंदा सी मुख लाल प्रीतो दा मैनू चिट्ठी दे विच लिखदी की है हाल प्रीतो दा ए भाई लाडी भाट न्यूजीलैंड वाले ने आख्या है कि संधुआ जदों ग्राउंड दे विच जाना तां प्रीतो जरूर सुनाउणा है सामने तक रहा कि मार्केट कबड्डी दे विच बारियां हुईयां उडारियां शहीद बाबा जथेदार हनुमान सिंह साडे विचकार मास्टर जगरूप सिंह जी धांधरे तो आए ने क्लब दे जन सकत्र नूं जीआं आखदे आ ते मनीष बाबा गोल्डी ते डॉक्टर उन्हां वल्लों 31,000 रुपया भाई सेपी दे जिगरी जा रहा है क्लब दे लई पुज्जे है विशेष तौर ते धन्नवाद करदे आ चल भी जवाना पाक बड़ी ते उधरों साडे भाई हरदीप बबलू यूएसए ते उन्हां दे भूआ दे सपुत्र भाई परमिंदर टिंकू दुल्लट मेरे वीरियो सरपंच साहब संदीप सीपा गिल यूएसए भाई जसवीर जस्सा आस्ट्रेलिया तीनों भरावां वल्लों पहला ते दूजा नाम अज दे कबड्डी कप दा दित्ता जा रहा है भाई सुखविंदर अनीटू गिल जखलां वाले साडे भाजी है वह आखदे ने कि जखलां दे कबड्डी कप ते 25 ते 26 नूं सारी नाम भाई सीपे यूएसए भाई बबलू यूएसए भाई जस्सा यूएसए ते उहनां दे भूआ दे सपुत्र भाई धर्मिंदर टिंकू दुलट उहनां वल्लों दित्ते जाणगे जिथे कीपे कांगड़ वाले नूं सोने की मुंदी पाई जानी है उत्थे मेरे वीरियो यूएसए दा फुला जो बबलू का जिगरी यार है ओनू मौला जो बबलू का जिगरी यार है ओनू भी सोने की मुंदी पाई जानी है भाई दलेर नाकरा यूएसए भाई हरबंत दुबई ते भाई हरिंदर सिंह नाकरा जू के भाई बलबीर सिंह धनोआ यूएसए भाई भान सिंह जस्सी जो के गरीबां दे बच्चियां नूं पढ़ाउंदे ने उहनां नूं भाई बबलू यूएसए सीपा यूएसए जस्सा आस्ट्रेलिया ते बलबीर धनोआ यूएसए उहनां वल्लों 51,000 दे नाल सम्मान होणा है ते नाले संधु भरावां नूं मेरे वीरियो ओह सामने दो मोटरसाइकिल खड़े है मेरे वीरियो डिस्कवर 125 सीसी भाई बबलू यूएसए भाई सीपा यूएसए लाडी बाठ न्यूजीलैंड ते नाले साडा वीर मेरे वीरियो जिंदगी दा जोत चहल ते मनप्रीत चहल कनेडा इन्हां भावां दे वल्लों दित्ते जाणे है ते ओपन दा नाम जिहड़ा जखलां दा 71,000 ते 51,000 होणा है मां मेरे वीरो 20 मार्च नूं दुखे खीरे बच्चियां दीआं दौड़ां होणगीआं ओह भी नाम साडे भाई बबलू यूएसए सीपा यूएसए जस्सा आस्ट्रेलिया उहनां वल्लों दित्ते जाणे है बैटरेट ते बैट जाफी नूं सोने दीआं मुंदीआं वी मेरे वीरियो आ दित्तीआं जाणगीआं इह है भाई बबलू यूएसए दे पिंड दा नजारा सीपे यूएसए दे पिंड दा नजारा भाई हाथ जोड़ के बेनती आ जिहड़े साउंड वाली स्टेज ते ने स्वर्गवासी गुरदेव सिंह जी की याद दे विच टूरनामेंट करवाया जाना है सारे नाम बबलू भाई उहनां वल्लों मेरे वीरो सीपे यूएसए जस्से आस्ट्रेलिया वल्लों मेरे वीरो आल ओपन दे मुकाबले होणगे कनौर दा बिक्की है सरदार नैम सिंह होरां दा मुंडा मेरे वीरो कबड्डी पा के वापस परता है लड़कियां दा मैच जिहड़ा अगला खेडा जाना है दोनों टीमां तैयारी खिच के ग्राउंड दे लागे आ जाओ भाई दलवीर सिंह गोल्डी खूड़ा जी दे बैज लाउण दी रस्म अदा करदे ने साडे क्लब दे नतड़क जरनैल
ਸਵਰਨ ਬਾਠ ਜੀ ਸੀਨੀਅਰ ਮੀਤ ਪ੍ਰਧਾਨ ਨੇ ਇਸ ਕਲੱਬ ਦੇ ਬੈਜ ਲਾਉਣ ਦੀ ਰਸਮ ਅਦਾ ਕਰਦੇ ਹੋਏ ਦਰਸ਼ਨ ਪ੍ਰਧਾਨ ਨੇ ਭੇਜਿਆ ਜੀ ਸਾਡੇ ਦਰਸ਼ਨ ਕੁਮਾਰ ਪ੍ਰਧਾਨ ਸਾਹਿਬ ਮੇਰੇ ਵੀਰੋ ਖੁਰਮੀ ਸਾਹਿਬ ਸਾਡੀ ਜ਼ਿੰਦਗੀ ਦੇ ਪਰ ਮਿੱਤਰ ਹੈ ਸਾਡੇ ਸਵਰਨਕਾਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਵੱਡੇ ਮਾਨ ਮਾਂ ਬੋਲੀ ਦੇ ਬੋਲਾਂ ਤੋਂ ਕੁਛ ਹੋ ਕੇ ਪੁੱਜੇ ਹੈ ਧੰਨਵਾਦ ਕਰਦੇ ਹਾਂ ਜੀ ਨੂੰ ਆਖਦੇ ਹਾਂ ਹਾਂਜੀ ਇਹ ਮੁਲਾਜ਼ਮ ਵੀਰ ਹੈ ਬਾਈ ਤਰਨ ਜੀ ਆਹ ਕਲੱਬ ਦੇ ਮੈਂਬਰਾਂ ਨਾਲ ਜਾਇਓ ਮਾੜਾ ਪਲੀਜ਼ ਮਾੜਾ ਜੀ ਹਾਂ ਤੁਹਾਡੇ ਨਾਲ ਕਲੱਬ ਦੇ ਮੈਂਬਰ ਸਾਹਿਬਾਨ ਨੇ ਪਲੀਜ਼ ਉਹ ਸਾਜੀਆਂ ਨੇ ਸਾਜ ਫਿੱਟ ਕਰ ਰਹੇ ਨੇ ਸਟੇਜ ਹੱਥ ਬੰਨ ਕੇ ਬੇਨਤੀ ਹੈ ਖਾਲੀ ਕਰ ਦਿਓ ਤੱਕਦੇ ਹੋ ਕਿ ਰਹਿਬਲ ਬਾਜ ਰਹਿਪੁਰ ਬਾਜਰੀ ਦੀ ਧਰਤੀ ਦਾ ਸੀਪਾ ਕਬੱਡੀ ਪਾਏ ਹੈ ਹਰਿਆਣੇ ਦੀ ਧਰਤੀ ਦਾ ਮਨੀਸ਼ ਲੈ ਵੀ ਕੁਲਦੀਪ ਦਰਸ਼ਕ ਕਹਿੰਦੇ ਨੇ ਕਿ ਮੈਚ ਖੜਕਣਾ ਚਾਹੀਦਾ ਇੱਕ ਜੱਫਾ ਚਾਹੀਦਾ ਸਨੇਤ ਵਾਲੇ ਬਿੰਦੂਆ ਗੋਰੀਆਂ ਮੇਮਾ ਨੇ ਤੇਰੇ ਸਰਨਾਮੇ ਗੁੱਟ ਦੇ ਲਿਖਿਆ ਹੈ ਇੱਕ ਜੱਫਾ ਚਾਹੀਦਾ ਤਾਂ ਡਬਲ ਟੱਚ ਦੇ ਇਸ਼ਾਰੇ ਦਾ ਅੰਗੜਾ ਮਨੀਸ਼ ਦੇ ਕਬਜ਼ੇ ਦੇ ਵਿੱਚ ਹੈ ਭੇਜਿਆ ਤੈਨੂੰ ਮੈਂ ਪੰਜ ਵਾਰੀ ਆਖਦਾ ਜਵਾਨਾ ਤੇਰੀ ਪੁੱਠੀ ਵੇਖਣੀ ਹੈ ਕਿਉਂਕਿ ਪੁੱਠੀ ਦਾ ਤੂੰ ਬੜਾ ਮਾਹਰ ਹੈ ਕਿਹੜਾ ਪੁੱਠੀ ਪਾ ਲੇ ਤਾਂ ਰੇਡਰ ਨੂੰ ਤੁਰਨ ਦੇ ਵਿੱਚ ਮੁਸ਼ਕਲ ਪਾ ਦਿੰਦਾ ਵੇਖ ਵੇਖ ਤੇਰੇ ਸਾਹਮਣੇ ਕਰਨ ਡਾਂਕਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਮੂਣਕ ਦਾ ਭੇਜਾ ਤੇ ਦੂਜੇ ਪਾਸੇ ਡਡਬਿੰਡੀ ਦਾ ਪਾਲਾ ਇਹ ਭੇਜਾ ਮੂਣਕ ਦਾ ਮੇਰੇ ਵੀਰੋ ਪੁੱਠੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਰਨ ਡਾਂਕਾ ਖਮਾਣੋ ਵਾਲਾ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਲੱਭੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਸਾਹਮਣੇ ਚਾਰ ਜਾਫੀ ਹੈ ਇੱਕ ਪਾਸੇ ਸ਼ੇਰੂ ਹੈ ਤੇ ਦੂਜੇ ਪਾਸੇ ਕੁਲਦੀਪ ਸਿੰਘ ਹੈ ਤੇ ਵਿਚਾਲੇ ਸਨੀ ਹੈ ਤੇ ਨਾਲ ਇਹ ਵੇਖਾਂਗੇ ਲਲਹੇੜੀ ਦਾ ਸੁਖਮਣ ਮੇਰੇ ਵੀਰਿਓ ਅੱਜ ਵੇਖਦੇ ਸ਼ੇਰੂ ਨਾਲ ਮੁਕਾਬਲਾ ਹੈ ਇੱਕ ਪਾਸੇ ਲੱਭੀ ਤੇ ਦੂਜੇ ਪਾਸੇ ਸ਼ੇਰੂ ਹੈ ਸਾਡੇ ਵਿਚਕਾਰ ਸਾਡੇ ਬਾਈ ਬਬਲੂ ਜੂਐਸਏ ਉਹ ਵੀ ਪਹੁੰਚ ਗਏ ਜੀ ਇਹ ਕਹਿੰਦੇ ਜੀ ਸਾਡੇ ਬਾਈ ਬਬਲੂ ਜੂਐਸਏ ਸੀਪਾ ਜੂਐਸਏ ਤੇ ਜੱਸਾ ਆਸਟ੍ਰੇਲੀਆ ਉਹਨਾਂ ਵੱਲੋਂ 1100 ਰੁਪਏ ਦੇ ਮਾਨ ਜਿਹੜੇ ਬਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਸਾਡੇ ਲਈ ਪੁੱਜੇ ਹੈ ਤੱਕ ਰਿਹਾ ਕਿ ਇੱਕ ਪਾਸੇ ਬਾਂ ਖੇਡ ਕਬੱਡੀ ਦੇ ਵਿੱਚ ਮੇਰੇ ਵੀਰਿਓ ਅੰਕ ਜਿਹੜਾ ਇਹ ਰੇਡਰ ਆਪਣੀ ਟੀਮ ਦੇ ਲਈ ਜੋੜ ਗਿਆ ਸਾਡੇ ਵਿਚਕਾਰ ਬਾਈ ਪੱਪੀ ਗਰੇਵਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਜੀ ਇਹ ਕਹਿੰਦੇ ਜੀ ਉਧਰੋਂ ਲਾਡੀ ਨੇ ਸਵੇਰੇ ਮੇਰੇ ਵੀਰੋ ਪੈਸੇ ਹੋਰ ਭੇਜੇ ਕਿ ਸੰਧੂ ਆਹ ਪੈਸੇ ਜਿਹੜੇ ਆਪਾਂ ਨੇ ਕਬੱਡੀਆਂ ਤੇ ਲਾਉਣੇ ਹੈ ਕਹਿੰਦੇ ਲਲਹੇੜੀ ਦਾ ਸੁਖਮਣ ਜੱਫਾ ਲਾਊਗਾ ਤਾਂ 500 ਰੁਪਈਆ ਮੇਰੇ ਵੀਰਿਓ ਲਾਡੀ ਬਾਠ ਨਿਊਜ਼ੀਲੈਂਡ ਵੱਲੋਂ ਦਿੱਤਾ ਜਾਣਾ ਲਾਡੀ ਬਾਠ ਨਿਊਜ਼ੀਲੈਂਡ ਵੱਲੋਂ ਦਿੱਤਾ ਜਾਣਾ ਸਾਡਾ ਬਾਈ ਤਾਰਾ ਬਾਈ ਬੇਨੇੜੇ ਤੋਂ ਵੀ ਪਹੁੰਚਿਆ ਜੀ ਐ ਕਹਿੰਦੇ ਆ ਤੱਕਦੇ ਆ ਕਿ ਸਮਾਣੇ ਦੀ ਧਰਤੀ ਦਾ ਮੇਰੇ ਵੀਰਿਓ ਤੁਹਾਡੇ ਸਾਹਮਣੇ ਬੜੀ ਕਬੱਡੀ ਪਾ ਰਿਹਾ ਆ ਰੋਪੜ ਜ਼ਿਲ੍ਹੇ ਦਾ ਬੱਬਰ ਸ਼ੇਰ ਹੈ ਇੱਕ ਪਾਸੇ ਸਾਰਾ ਟੱਬਰ ਜੋਗੀਆਂ ਦੀ ਗੁੱਤੀ ਵਾਂਗੂ ਚਿੰਬੜ ਗਿਆ ਕੱਲੇ ਨੂੰ ਕੱਲੇ ਸਾਡਾ ਪਤਵਾਲ ਸਾਡੀ ਮਾਸੀ ਦਾ ਮੁੰਡਾ ਗੁਜਰਾਂ ਤੋਂ ਪੁੱਜਿਆ ਹੋਇਆ ਪਾਲ ਦਾ ਛੋਟਾ ਵੀਰ ਵਾਲੀਬਾਲ ਦਾ ਅੰਤਰਰਾਸ਼ਟਰੀ ਪਲੇਅਰ ਹੈ ਮੇਰੇ ਵੀਰਿਓ ਇੱਧਰੋਂ ਕਹਿੰਦੇ ਕੌਣ ਕਬੱਡੀ ਪਾਉਂਦਾ ਹੈ ਲੈ ਵੀ ਲਾਡੀ ਅਕਸ਼ੇ ਬਾਈ ਆ ਵੇਖ ਤੇਰੇ ਸਾਹਮਣੇ ਨਾਨਕਸਰ ਚੀਮੇ ਦਾ ਬੱਬਰ ਸ਼ੇਰ ਇੱਕ ਪਾਸੇ ਇਨਸਾਨੀ ਸਰਦਾਰ ਇੰਦਰਜੀਤ ਸਿੰਘ ਜੀ ਦੇ ਬਗੇਲੇ ਬੈਕ ਤੋਂ ਫੜ ਹਾਂਜੀ ਆਸ਼ੀਰਵਾਦ ਫਾਊਂਡੇਸ਼ਨ ਵਾਲੇ ਬਾਈ ਇੰਦਰਜੀਤ ਦੇ ਬੈਚ ਲਗਾ ਰਹੇ ਸਾਡੇ ਕਲੱਬ ਦੇ ਪ੍ਰਧਾਨ ਬਾਈ ਗੁਰਸੇਵ ਸਿੰਘ ਕਾਂਜਲਾ ਖਿਮਾ ਮੰਗਦੇ ਹਾਂ ਅਸੀਂ ਦਰਸ਼ਕ ਵੀਰਾਂ ਤੋਂ ਮੈਂ ਸੰਧੂ ਵੀਰਾਂ ਤੋਂ ਵੀ ਬਸ ਪਤਾ ਹੀ ਹੈ ਥੋੜ੍ਹੀਆਂ ਜਿਹੀਆਂ ਮਜਬੂਰੀਆਂ ਨੇ ਔਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਸਾਡੀ ਪੰਜਾਬੀ ਮਾਂ ਬੋਲੀ ਦੇ ਇਹ ਉੱਘੇ ਬੁਲਾਰਿਆਂ ਦਾ ਸਨਮਾਨ ਹੈ ਜੋ 40 ਸਾਲਾਂ ਦੇ ਗੱਭਰੂਆਂ ਦਾ ਜਦੋਂ ਮੁਕਾਬਲਾ ਹੋਏਗਾ ਗਰਾਊਂਡ ਦੇ ਵਿੱਚ ਵੱਡੇ ਸਨਮਾਨ ਹੋਣਗੇ ਬਾਈ ਹਰਪ੍ਰੀਤ ਸੰਧੂ ਔਰ ਮੇਰਾ ਵੀਰ ਸਵਰਨ ਸੰਧੂ ਉਹਨਾਂ ਨੂੰ ਬਾਈ ਜੋਤ ਕੈਨੇਡਾ ਔਰ ਸਾਡਾ ਵੀਰ ਬਬਲੂ ਯੂਐਸਏ ਬਾਈ ਸੀਪਾ ਯੂਐਸਏ ਬਾਈ ਜੱਸਾ ਆਸਟ੍ਰੇਲੀਆ ਬਾਈ ਲਾਡੀ ਬਾਠ ਨਿਊਜ਼ੀਲੈਂਡ ਤੱਕਦੇ ਆ ਕਿ ਲਲਹੇੜੀ ਦੇ ਸੁਖਮਣ ਨੇ ਮੇਰੇ ਵੀਰਿਓ ਜੱਫਾ ਲਾਇਆ ਲੈ ਵੀ ਸਵਰਨਿਆ 500 ਲਾਡੀ ਬਾਠ ਦਾ ਆਸਟ੍ਰੇਲੀਆ ਵਾਲੇ ਦਾ ਸੁਖਮਣ ਲਲਹੇੜੀ ਵਾਲੇ ਨੂੰ ਦੇ ਜਵਾਨਾ ਚੱਲ ਵੀ ਗੱਭਰੂ ਆਪਾਂ ਕਬੱਡੀ ਰਹਿਪੁਰ ਬਾਜਰੀ ਦੀ ਧਰਤੀ ਦਾ ਮੇਰੇ ਵੀਰੋ ਸੀਪਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਜਲੰਧਰ ਸਿੱਧੂ ਜੀ ਕੈਨੇਡਾ ਤੋਂ ਮੇਰੇ ਵੀਰੋ ਜੁੜ ਗਏ ਨੇ ਅਲਬਾਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਆ ਪੱਪੀ ਪੰਧੇਰ ਸਾਡੀ ਜ਼ਿੰਦਗੀ ਦੇ ਪਰ ਮਿੱਤਰ ਘਲੋਟੀ ਵਾਲੇ ਮੇਰੇ ਵੀਰੋ ਜਿਹਨਾਂ ਨੂੰ ਕੱਲ੍ਹ ਪ੍ਰਧਾਨਗੀ ਮਿਲੀ ਹੈ ਅੱਜ ਬਾਈ ਨੂੰ ਮੁਬਾਰਕਾਂ ਦਿੰਦਿਆਂ ਗਰਾਊਂਡ ਦੇ ਵਿੱਚ ਖੜ ਕੇ ਮੇਰੇ ਵੀਰੋ ਉਹ ਵੀ ਵਿਸ਼ੇਸ਼ ਤੌਰ ਤੇ ਤੱਕ ਰਹੇ ਨੇ ਇਸ ਮਾਂ ਖੇਡ ਕਬੱਡੀ ਦੇ ਨਜ਼ਾਰੇ ਨੂੰ ਇੱਕ ਪਾਸੇ ਤੱਕ ਰਿਹਾ ਕਿ ਮਾਂ ਖੇਡ ਕਬੱਡੀ ਦੇ ਵਿੱਚ ਇਸ ਵਕਤ ਤੁਹਾਡੇ ਸਾਹਮਣੇ ਉੜੂ ਉੜੂ ਕਰਦੀ ਜਵਾਨੀ ਹੈ ਮਨੀਸ਼ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਗੁਰਲਾਲ
ਬਾਕੜ ਕਬੱਡੀ ਦਾ ਉਹ ਪ੍ਰਮੋਟਰ ਮੇਰੇ ਵੀਰਿਓ ਮਾਣੂ ਕੇ ਗਿੱਲ ਦੀ ਧਰਤੀ ਦਾ ਬੱਬਰ ਸ਼ੇਰ ਉਹ ਵੀ ਵਿਸ਼ੇਸ਼ ਤੌਰ ਤੇ ਕਬੱਡੀ 365.com ਦੇ ਜ਼ਰੀਏ ਇਸ ਮਾਕੜ ਕਬੱਡੀ ਨੂੰ ਕੈਨੇਡਾ ਬੈਠਾ ਆਪਣੇ ਯਾਰਾਂ ਦੇ ਨਾਲ ਤੱਕ ਰਿਹਾ ਹੈ। ਚੱਲ ਵੀ ਜਵਾਨਾ ਪਾ ਕਬੱਡੀ ਕਰਨ ਡਾਂਕਾ ਖਮਾਣੋ ਵਾਲਾ ਸੁਭਾਸ ਮਹਿਤਾ ਜੀ USA ਵਾਲੇ ਸਤਿਕਾਰ ਕਰਦੇ ਨੇ ਸੰਧੂ ਭਰਾਵਾਂ ਦਾ, ਉਹ ਵੀ ਵਿਸ਼ੇਸ਼ ਤੌਰ ਤੇ ਪੂਰੇ ਮੈਚ ਵੇਖ ਕੇ ਸੌਂਦੇ ਹੁੰਦੇ ਆ ਮੇਰੇ ਵੀਰਿਓ, ਕੰਮ ਛੱਡ ਦਿੰਦੇ ਆ। ਬਾਖੇੜ ਕਬੱਡੀ ਨੂੰ ਇੰਨਾ ਪਿਆਰ ਹੈ, ਸੁਭਾਸ ਮਹਿਤਾ USA ਵਾਲੇ ਉਹ ਵੀ ਨਜ਼ਾਰਾ ਤੱਕ ਰਹੇ ਹੈ। ਇੱਕ ਪਾਸੇ ਕਰਨ ਡਾਂਕਾ ਖਮਾਣੋ ਵਾਲਾ ਕਬੱਡੀ ਪਾਉਣ ਦੇ ਲਈ ਭੇਜੇ ਵਾਸਤੇ 100 ਰੁਪਇਆ ਹੋਊਗਾ ਲਾਡੀ ਬਾਠ ਦਾ, ਤੇ 200 ਰੁਪਇਆ ਬਬਲੂ USA ਦਾ ਹੋਊਗਾ। ਜੇ ਭੇਜਾ ਜਫਾ ਲਾਊਗਾ 300 ਮਿਲੂਗਾ, ਭੇਜਿਆ 300 ਮਿਲਣਾ। ਲੜਕੀਆਂ ਦਾ ਮੈਚ ਅਗਲਾ ਪੈ ਜਾਣਾ ਸਾਡਾ ਬਾਈ ਦਲਵੀਰ ਗੋਲਡੀ ਮੇਰੇ ਵੀਰੋ ਘੰਗੂੜਾ ਸਾਹਿਬ ਸਿਹਤ ਤੌਰ ਤੇ ਕਾਂਗਰਸ ਦੇ ਨਤਾਰਕ ਜਰਨੈਲ ਪੁੱਜੇ ਹੈ। ਧੰਨਵਾਦ ਕਰਦੇ ਹਾਂ ਜੀਆਂ ਨੂੰ ਆਖਦੇ ਹਾਂ। ਉਧਰੋਂ ਸੇਬੀ ਕਾਂਜਲੇ ਵਾਲੇ ਦੇ ਜਿਗਰੀ ਯਾਰ ਪੁੱਜ ਚੁੱਕੇ ਹੈ, ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ। ਸਾਈਕਲ ਦੀਆਂ ਹਾਂਭ ਕੇ ਨੇ ਕਾਰਵਾਈਆਂ ਸਟੇਜ ਦੀਆਂ। ਹਾਂਜੀ, ਸੋ ਅੱਜ ਦੇ ਇਸ ਰੰਗਾਰੰਗ ਪ੍ਰੋਗਰਾਮ ਦੇ ਲਈ ਬਾਈ ਹਰਜੋਤ ਐਂਡ ਅਲਫਾਜ਼, ਸੋ ਉਹਨਾਂ ਦੇ ਸਜਿੰਦੇ ਆ ਜੋ ਪੁੱਜ ਚੁੱਕੇ ਹੈ। ਮੈਂ ਜੋ ਫਾਲਤੂ ਵੀਰ ਸਟੇਜ 'ਤੇ ਬੈਠੇ ਆ ਜਾਂ ਖੜ੍ਹੇ ਆ ਉਹਨਾਂ 'ਤੇ ਉਹ ਸਜਿੰਦਿਆਂ ਲਈ ਜੋ ਸਟੇਜ ਆ ਖਾਲੀ ਕਰ ਦਿਓ। ਬਾਈ ਅਮਨਜੋਤ ਕਾਲਾ, ਰਮਨਜੋਤ ਕਾਲੇ ਦਾ ਬੜਾ ਵੱਡਾ ਯੋਗਦਾਨ ਇਸ ਸੱਭਿਆਚਾਰ ਪ੍ਰੋਗਰਾਮ ਦੇ ਲਈ, ਇਹ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਪਲੀਜ਼ ਇਹ ਸਟੇਜ ਆ ਜੋ ਸਜਿੰਦਿਆਂ ਲਈ ਖਾਲੀ ਕਰ ਦਿਓ। ਸਾਡੇ ਰਮਨਜੋਤ ਕਾਲਾ ਮੇਰੇ ਵੀਰਿਓ, ਸਾਬਕਾ ਮੰਤਰੀ ਪੰਜਾਬ ਸਰਦਾਰ ਸੁਰਿੰਦਰ ਸਿੰਘ ਜੀ ਧੂਰੀ ਸਾਹਿਬਾਂ ਦਾ ਲਾਰਲਾ ਸਪੁੱਤਰ ਹੈ, ਸਾਡੀ ਜ਼ਿੰਦਗੀ ਦਾ ਪਰ ਮਿੱਤਰ ਹੈ ਮੇਰੇ ਵੀਰਿਓ, ਜਿਨ੍ਹਾਂ ਵੱਲੋਂ ਗਾਇਕ ਜਿਹੜੇ ਵਿਸ਼ੇਸ਼ ਤੌਰ ਤੇ ਦੁਨੀਆਂ ਦੇ ਸਟਾਰ ਗਾਇਕ ਬੁੱਝ ਰਹੇ ਹੈ ਮੇਰੇ ਵੀਰਿਓ, ਸਾਡੇ ਵੀਰ ਦੀ ਬਦੌਲਤ ਬੁੱਝ ਰਿਹਾ ਉਹ ਖੜਾ ਸਾਡਾ ਬਾਈ ਸਟੇਜ ਦੇ ਉੱਪਰ। ਧੰਨਵਾਦ ਵੀਰ ਦਾ, ਜੀਆਂ ਨੂੰ ਆਖਦੇ ਹਾਂ। ਤੇ ਮੇਰੇ ਵੀਰਿਓ ਇਹ ਸਾਈਡਾਂ ਜਿਹੜੀਆਂ ਚੇਂਜ ਹੋ ਗਈਆਂ, ਮੁਕਾਬਲਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਲੱਗਿਆ ਹੈ ਕਿ ਜਿਹੜਾ ਫਰਕ ਜਾਰਾਂ ਵਿੱਚ ਪਾਵੇ ਉਹ ਬੰਦਾ ਨਹੀਂ ਸੰਧੂਆ, ਜਿਹੜਾ ਘਾਟੇ ਦੇ ਬਲ ਜਾਵੇ ਉਹ ਧੰਦਾ ਨਹੀਂ ਸੰਧੂਆ, ਜਿਹੜਾ ਬੂਟੇ ਨਸ਼ੇ ਦੇ ਲਾਵੇ ਸਾਧ ਉਹ ਚੰਗਾ ਨਹੀਂ ਸੰਧੂਆ, ਜਿਹੜੀ ਅਣਖ ਦੀ ਖਾਤਰ ਹੋ ਜੇ ਉਹ ਗਦਾਰੀ ਨਹੀਂ ਸੰਧੂਆ, ਜਿਹੜੀ ਥਾਂ ਥਾਂ ਖਸਮ ਹੰਡਾਵੇ ਉਹ ਨਾਰੀ ਨਹੀਂ ਸੰਧੂਆ, ਉਹ ਜਿਹੜਾ ਯਾਰ ਦੀ ਪਿੱਠ ਤਕਾਵੇ ਉਹ ਯਾਰੀ ਨਹੀਂ ਸੰਧੂਆ, ਜਿਹੜਾ ਯਾਰ ਦੀ ਪਿੱਠ ਤਕਾਵੇ ਉਹ ਯਾਰੀ ਨਹੀਂ ਸੰਧੂਆ। ਬਨੀਸ ਕਬੱਡੀ ਪਾ ਰਿਹਾ ਸਾਹਮਣੇ ਸਨੇ ਵੇਖਾਂਗੇ ਕੁਲਦੀਪ ਮੇਰੇ ਵੀਰਿਓ, ਇਸ ਵਕਤ ਜ਼ਿਲ੍ਹੇ ਮੋਹਾਲੀ ਦਾ ਬੱਬਰ ਸ਼ੇਰ ਤੁਹਾਡੇ ਸਾਹਮਣੇ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਚੱਲ ਵੀ ਜਵਾਨਾ ਪਾ ਕਬੱਡੀ, ਲਾ ਹੱਥ ਕਿਹਨੂੰ ਲਾਉਣਾ, ਲੈ ਵੀ ਭੇਜਿਆ 300 ਮਿਲੂਗਾ ਬਬਲੂ USA ਸੀਪਾ USA ਜੱਸਾ ਆਸਟ੍ਰੇਲੀਆ ਉਹਨਾਂ ਵੱਲੋਂ